ਯੂਕੇ ਦੇਸ਼ ਵਿੱਚ ਸਰਕਾਰ ਵੱਲੋਂ ਬੱਚਿਆਂ ਦੇ ਲਈ ਖੁਸ਼ਖਬਰੀ ਆਈ ਹੈ। ਸਤੰਬਰ 2020 ਦੀ ਐਡਮਿਸ਼ਨ ਜਿਹੜੀ ਹੈ ਪ੍ਰੋਸੈਸ ਉਹ ਸਟਾਰਟ ਹੋ ਚੁੱਕਾ ਹੈ। ਯਾਨੀ ਕਿ ਸਿੱਧੇ ਤੌਰ ਤੇ ਆਪਾਂ ਕਹੀਏ ਤਾਂ ਸਿੱਧੇ ਤੌਰ ਦੇ ਉੱਤੇ ਜਿਹੜੇ ਯੂਕੇ ਨੇ ਸਰਕਾਰ ਨੇ ਸਤੰਬਰ 2020 ਦੇ ਲਈ ਸਟੂਡੈਂਟ ਦੇ ਲਈ ਵੀਜ਼ਾ ਸਰ ਜਿਹੜੇ ਆ ਉਹ ਖੋਲ ਦਿੱਤੇ। ਉੱਥੇ ਜਾਣ ਲਈ ਜਿਹੜਾ ਐਲੀਜੀਬਲ ਸਟੂਡੈਂਟ ਹੈ ਜਾਂ ਕਿਹੜਾ ਬੱਚਾ ਉੱਥੇ ਜਾ ਸਕਦਾ ਹੈ ਈਜ਼ੀਲੀ ਤੌਰ ਦੇ ਉੱਤੇ ਤੇ ਕਿਹੜੇ-ਕਿਹੜੇ ਸਟੂਡੈਂਟ ਉੱਥੇ ਦੇ ਲਈ ਐਲੀਜੀਬਲ ਹਨ? ਤਰੇ ਕਿ ਤੁਸੀਂ ਆਪਣੇ ਸਪਾਊਸ ਤੇ ਆਪਣੇ ਬੱਚੇ ਨਾਲ ਇਕੱਠੇ ਲੈ ਕੇ ਜਾ ਸਕਦੇ ਹੋ। ਚੀਜ਼ਾਂ ਸਾਡੇ ਕੋਲ ਜਿਨ ਦੀ ਆਫਰ ਲੈਟਰ ਇੱਕ ਦਿਨ ਵਿੱਚ ਮਿਲ ਰਹੀ ਹੈ, ਬਾਕੀ ਨਾਰਮਲ ਯੂਨੀਵਰਸਿਟੀ ਜਿਹੜੀਆਂ ਉਹ ਆਫਰ ਲੈਟਰ 5 ਤੋਂ 7 ਦਿਨ ਦੇ ਵਿੱਚ ਦੇ ਰਹੀਆਂ। ਉਹ ਇਹ ਸਹੀ ਟਾਈਮ ਹੈ ਸਤੰਬਰ 2020 ਲਈ ਅਪਲਾਈ ਕਰਨ ਦਾ। ਪਰ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚ ਕਰਨ ਦੇ ਕਿੰਨਾ ਤੁਹਾਡਾ ਕਿੰਨਾ ਖਰਚਾ ਹੈ? ਐਸੇ ਹੈ ਤੁਸੀਂ ਵਿਜ਼ਨ ਗਰੁੱਪ ਨੂੰ ਕੋਈ ਪ੍ਰੋਸੈਸਿੰਗ ਫੀਸ ਐਡਵਾਂਸ ਪੇ ਨਹੀਂ ਕਰਨੀ। ਆਪਾਂ ਯੂਨੀਵਰਸਿਟੀ ਫੀਸ ਤੇ ਐਮਬੈਸੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਣੀ ਹੈ। ਆਪਣਾ ਜਿਹੜਾ ਟੋਟਲ ਖਰਚਾ ਉਹ ਕਿੰਨਾ ਆ ਸਕਦਾ ਜੀ ਬੱਚਿਆਂ ਦਾ? ਜਿਹੜੀ ਵਾਈਫ ਨੇ ਵੀ ਨਾਲ ਜਾਣਾ ਹੋਏ ਜਾਂ ਦੇਖੋ ਨਾਲ ਜਾਣਾ ਹੋਏ ਉਹਦਾ ਕਿੰਨਾ ਖਰਚਾ ਹੈ? ਹੋਰ ਇਹਨਾਂ ਦਾ ਇਸ ਤੋਂ ਇਲਾਵਾ ਕੋਈ ਸਪਾਊਸ ਦਾ ਤੇ ਬੱਚੇ ਦਾ ਖਰਚਾ ਨਹੀਂ ਆਉਂਦਾ। ਫੰਡਸ ਕਿੰਨਾ ਕੁ ਸ਼ੋਅ ਕਰਨਾ ਪਏਗਾ ਜੀ? ਇਕੱਲੇ ਲਈ ਕਿੰਨਾ ਸ਼ੋਅ ਕਰਨਾ ਪਏਗਾ ਤੇ ਜੇ ਸਪਾਊਸ ਨਾਲ ਜਾ ਰਹੀ ਹੈ ਤਾਂ ਉਹਦੇ ਲਈ ਕਿੰਨਾ ਤੇ ਬੱਚਾ ਨਾਲ ਜਾ ਰਿਹਾ ਤਾਂ ਉਹਦੇ ਲਈ ਕਿੰਨਾ ਫੰਡਸ? ਉਹ ਫੰਡਸ ਚਾਹੇ ਸਟੂਡੈਂਟ ਦੇ ਅਕਾਊਂਟ 'ਚ ਹੋਵੇ, ਸਟੂਡੈਂਟ ਦੇ ਪੇਰੈਂਟਸ ਅਕਾਊਂਟ 'ਚ ਹੋਵੇ, ਉਹ ਚੱਲੇਗਾ। ਅਸੀਂ ਮਾਰਕੀਟ 'ਚ ਦੇਖਦੇ ਹਾਂ ਕਿ ਕਈ ਜਗ੍ਹਾ ਦੇ ਉੱਤੇ ਐਡ ਚੱਲਦੀ ਹੁੰਦੀ ਹੈ ਕਿ 2 ਲੱਖ ਰੁਪਏ 'ਚ ਤੁਸੀਂ ਜਿਹੜਾ ਯੂਕੇ ਜਾਓ, ਉੱਤੇ ਤੁਸੀਂ ਖਰਚਾ ਮਤਲਬ 6-7 ਲੱਖ ਰੁਪਏ ਦੱਸ ਰਹੇ ਹੋ ਸਿੰਗਲ ਬੱਚੇ ਦਾ। ਇਹਦੇ 'ਚ ਕਿਤੇ ਨਾ ਕਿਤੇ ਕੰਟਰਡਿਕਸ਼ਨ ਨਹੀਂ ਆਉਂਦੀ? ਕੈਨੇਡਾ ਦੀ ਥਾਂ 'ਤੇ ਬੱਚਾ ਯੂਕੇ ਹੀ ਕਿਉਂ ਜਾਏ ਜੀ? ਤਾਂ ਜਿਹੜੇ ਸਟੂਡੈਂਟ ਵਿਦਾਊਟ ਆਈਲੈਟਸ ਨਹੀਂ ਜਾ ਪਾ ਰਹੇ ਜਾਂ ਜਿਹੜੇ ਸਟੂਡੈਂਟ ਕੋਲ ਬੈਂਡ ਘੱਟ ਹੈ, ਉਹਨਾਂ ਲਈ ਯੂਕੇ ਬਹੁਤ ਅੱਛੀ ਡੈਸਟੀਨੇਸ਼ਨ। ਬੱਚਾ ਕੋਈ ਆਪਣੀ ਸਪਾਊਸ ਅਤੇ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ ਹੈ ਤਾਂ ਉਹ ਫਿਰ ਉਹਦੀ ਹੋਸਟਲ ਦੇ ਵਿੱਚ ਤੁਹਾਨੂੰ ਰਹਿਣ ਦੀ ਆਗਿਆ ਨਹੀਂ ਮਿਲੇਗੀ ਕਿ ਯੂਕੇ ਜਦੋਂ ਪੜ੍ਹਾਈ ਖਤਮ ਕਰ ਦੇਣਗੇ ਕੀ ਉਹਨਾਂ ਨੂੰ ਉੱਥੇ ਦੀ PR ਮਿਲ ਜਾਏਗੀ? ਬੱਚਾ ਉੱਥੇ ਪਹੁੰਚ ਗਿਆ ਜੀ, ਯੂਕੇ ਦੇ ਵਿੱਚ ਪਹੁੰਚ ਗਿਆ ਤਾਂ ਕਰੋਨਾ ਦੇ ਲਈ ਜਿਵੇਂ ਕੁਆਰੰਟਾਈਨ ਵਗੈਰਾ ਕਰਨ ਦਾ ਹੁੰਦਾ ਬੱਚਿਆਂ ਨੂੰ, ਉਹਦਾ ਉੱਥੇ ਕੀ ਪ੍ਰੋਸੈਸ ਹੋਏਗਾ ਜੀ? 3 ਸਾਲ ਦੇ ਟੋਟਲ ਦੇ ਕੋਰਸ ਦੇ ਵਿੱਚ ਬੱਚਾ ਕਿੰਨਾ ਕੁ ਖਰਚਾ ਟੋਟਲ ਆਏਗਾ? ਇਹ ਹੈ ਕਿ ਜਦੋਂ ਵੀ ਬੱਚਾ ਕੋਈ ਬਾਹਰ ਜਾਂਦਾ, ਬਾਹਰਲੇ ਮੁਲਕ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾ ਸਵਾਲ ਦੇ ਵਿੱਚ ਮਨ 'ਚ ਇਹੀ ਹੁੰਦਾ ਕਿ ਉੱਥੇ ਜਾ ਕੇ ਉਹ ਰਹੇਗਾ ਕਿੱਥੇ। ਹਲਚਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਇੰਦਰ ਸਭਰਵਾਲ ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਵਿਜ਼ਨ ਗਰੁੱਪ ਦੇ MD ਸ਼੍ਰੀ ਹਨੀਸ਼ ਉੱਪਲ ਜੀ, ਜੋ ਕਿ ਪਿਛਲੇ 12 ਸਾਲਾਂ ਤੋਂ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਬੱਚਿਆਂ ਨੂੰ ਭੇਜਣ ਦੀਆਂ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਵਿਜ਼ਨ ਗਰੁੱਪ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਕੰਟੈਕਟ ਹੈ ਉਹ ਸਿੱਧਾ ਬਾਹਰਲੇ ਦੇਸ਼ਾਂ ਦੀਆਂ ਵੱਡੀਆਂ ਯੂਨੀਵਰਸਿਟੀਆਂ ਨਾਲ ਹੈਗਾ ਅਤੇ ਜਿਹੜੇ ਕਿ ਸਿੱਧੀਆਂ ਉਹਨਾਂ ਯੂਨੀਵਰਸਿਟੀਆਂ ਦੇ ਥਰੂ ਤੁਹਾਨੂੰ ਜਿਹੜਾ ਵੀਜ਼ਾ ਉੱਥੇ ਲਵਾ ਕੇ ਬੱਚਿਆਂ ਨੂੰ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਅਤੇ ਹੋਰ ਦੂਜੇ ਵੱਡੇ ਦੇਸ਼ਾਂ ਦੇ ਵਿੱਚ ਭੇਜਣ ਦੀਆਂ ਸੇਵਾਵਾਂ ਨਿਭਾਉਂਦੇ ਨੇ। ਅਤੇ ਅੱਜ ਇਹਨਾਂ ਦੇ ਕੋਲ ਇੱਕ ਯੂਕੇ ਸੰਬੰਧੀ ਜਿਹੜੀ ਨਵੀਂ ਅਪਡੇਟ ਹੈ ਅਤੇ ਯੂਕੇ ਦੇਸ਼ ਅਤੇ ਸਰਕਾਰ ਵੱਲੋਂ ਬੱਚਿਆਂ ਦੇ ਲਈ ਖੁਸ਼ਖਬਰੀ ਆਈ ਹੈ ਜਿਹਦੀ ਜਾਣਕਾਰੀ ਹਨੀਸ਼ ਉੱਪਲ ਜੀ ਸਾਡੇ ਨਾਲ ਸਾਂਝਾ ਕਰਨਗੇ। ਅਤੇ ਉਹਨਾਂ ਤੋਂ ਸਭ ਤੋਂ ਪਹਿਲਾਂ ਅਸੀਂ ਹਨੀਸ਼ ਉੱਪਲ ਜੀ ਤੋਂ ਹੀ ਜਾਣਦੇ ਹਾਂ ਕਿ ਉਹਨਾਂ ਦਾ ਕੈਨੇਡਾ ਸਰਕਾਰ ਵੱਲੋਂ ਕੀ ਖੁਸ਼ਖਬਰੀ ਵੱਡੀ ਉਹ ਲੈ ਕੇ ਆਏ ਨੇ। ਹਨੀਸ਼ ਜੀ, ਪਹਿਲਾਂ ਦਾ ਸਵਾਗਤ ਹੈ ਤੁਹਾਡਾ ਹਲਚਲ ਟੀਵੀ ਦੇ ਵਿੱਚ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਅਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹੀ ਦੱਸੋ ਕਿ ਯੂਕੇ ਗੌਰਮੈਂਟ ਦੇ ਵੱਲੋਂ ਤੁਹਾਨੂੰ ਕੀ ਨਵੀਂ ਅਪਡੇਟ ਆ ਰਹੀ ਹੈ? ਯੂਕੇ ਗੌਰਮੈਂਟ ਵੱਲੋਂ ਸਭ ਤੋਂ ਪਹਿਲਾਂ ਅਪਡੇਟ ਤਾਂ ਇਹ ਆ ਰਹੀ ਹੈ ਕਿ ਜਿਹੜੇ ਇਹਨਾਂ ਦੇ VFS ਹੈ ਉਹ ਉਹਨਾਂ ਨੇ ਕੁਲੈਕਸ਼ਨ ਸੈਂਟਰ ਓਪਨ ਕਰਤੇ ਹੈ, ਜਿਨ੍ਹਾਂ ਦੀ ਫਾਈਲਾਂ ਆਲਰੇਡੀ ਹਾਈ ਕਮਿਸ਼ਨ ਦੇ ਵਿੱਚ ਸਬਮਿਟ ਸੀ। ਹਾਈ ਕਮਿਸ਼ਨ ਹੁਣ ਕੁਲੈਕਸ਼ਨ ਦੇ ਵਿੱਚ ਜਾ ਕੇ ਪਾਸਪੋਰਟ ਕੁਲੈਕਟ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮ ਵਿੱਚ ਫਰੈਸ਼ ਐਪਲੀਕੇਸ਼ਨ ਦੇ ਵੀ VFS ਓਪਨ ਹੋ ਰਿਹਾ। ਸੈਕਿੰਡ ਅਪਡੇਸ਼ਨ ਇਹ ਹੈ ਕਿ ਸਤੰਬਰ 2020 ਦੀ ਐਡਮਿਸ਼ਨ ਜਿਹੜੀ ਹੈ ਪ੍ਰੋਸੈਸ ਉਹ ਸਟਾਰਟ ਹੋ ਚੁੱਕਾ ਹੈ। UKBA ਦੀ ਵੈਬਸਾਈਟ 'ਤੇ ਆਫਿਸ਼ੀਅਲ ਅਨਾਊਂਸ ਹੋ ਗਿਆ ਕਿ ਤੁਸੀਂ ਸਤੰਬਰ 2020 ਲਈ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਸਤੰਬਰ 2020 ਲਈ ਇਹ ਜਿਹੜਾ ਇਨਟੇਕ ਉਹ ਸਟਾਰਟ ਕਰਦਾ ਹੈ। ਯਾਨੀ ਕਿ ਸਿੱਧੇ ਤੌਰ 'ਤੇ ਆਪਾਂ ਕਹੀਏ ਤਾਂ ਸਿੱਧੇ ਤੌਰ ਦੇ ਉੱਤੇ ਜਿਹੜੇ ਯੂਕੇ ਨੇ ਸਰਕਾਰ ਨੇ ਸਤੰਬਰ 2020 ਦੇ ਲਈ ਸਟੂਡੈਂਟ ਦੇ ਲਈ ਵੀਜ਼ਾ ਸਰ ਜਿਹੜੇ ਆ ਉਹ ਖੋਲ ਦਿੱਤੇ ਆ, ਇਹੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ, ਜਿਹੜੇ UK ਹਾਈ ਕਮਿਸ਼ਨ ਨੇ ਜਾਂ ਯੂਨੀਵਰਸਿਟੀਜ਼ ਹੈ ਉਹਨਾਂ ਨੇ ਸਤੰਬਰ 2020 ਲਈ ਐਡਮਿਸ਼ਨ ਸਟਾਰਟ ਕਰਤੀਆਂ ਅਤੇ ਹਾਈ ਕਮਿਸ਼ਨ ਨੇ ਆਪਣੀ ਆਫਿਸ਼ੀਅਲ ਵੈਬਸਾਈਟ 'ਤੇ ਇਹ ਵੀ ਅਪਡੇਟ ਕਰਤਾ ਕਿ ਸਤੰਬਰ 2020 ਲਈ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਹਨੀ ਜੀ, ਬਹੁਤ ਬਹੁਤ ਵੱਡੀ ਖਬਰ ਹੈ ਕਿ ਯੂਕੇ ਜਿਹੜੀ ਸਰਕਾਰ ਹੈ ਉਹਨੇ ਬੱਚਿਆਂ ਦੇ ਲਈ ਜਿਹੜੀ ਸਟੂਡੈਂਟ ਵੀਜ਼ਾ ਉਹ ਖੋਲ ਦਿੱਤਾ ਹੈ ਅਤੇ ਤੁਸੀਂ ਵੀ ਇਹਦੇ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਰਹੇ ਹੋ ਬੱਚਿਆਂ ਦੇ ਲਈ ਦੇਣੀਆਂ? ਹਾਂਜੀ, ਪਿਛਲੇ ਕਾਫੀ ਟਾਈਮ ਤੋਂ ਆਪਾਂ UK ਸਟੂਡੈਂਟ ਨੂੰ ਭੇਜ ਰਹੇ ਹਾਂ ਬਾਹਰ ਔਰ ਸਤੰਬਰ 2020 ਲਈ ਆਪਾਂ ਆਲਰੇਡੀ ਐਡਮਿਸ਼ਨ ਕਰ ਰਹੇ ਹਾਂ ਸਟੂਡੈਂਟਸ ਦੀ ਅਤੇ UK ਦੇ ਵਿੱਚ ਸਰਵਿਸਿਜ਼ ਚੱਲ ਰਹੀਆਂ। ਹਨੀ ਜੀ, ਇੱਕ ਹੋਰ ਦੱਸਿਓ ਜੀ, ਵੱਡਾ ਸਵਾਲ ਹੈ ਕਿ ਸਰਕਾਰ ਨੇ ਤਾਂ ਵੀਜ਼ਾ ਭਾਵੇਂ ਖੋਲ ਦਿੱਤਾ ਹੈ ਪਰ ਉੱਥੇ ਜਾਣ ਲਈ ਜਿਹੜਾ ਐਲੀਜੀਬਲ ਸਟੂਡੈਂਟ ਹੈ ਜਾਂ ਕਿਹੜਾ ਬੱਚਾ ਉੱਥੇ ਜਾ ਸਕਦਾ ਹੈ ਈਜ਼ੀਲੀ ਤੌਰ ਦੇ ਉੱਤੇ ਤੇ ਕਿਹੜੇ ਕਿਹੜੇ ਸਟੂਡੈਂਟ ਉੱਥੇ ਦੇ ਲਈ ਐਲੀਜੀਬਲ ਹਨ? ਦੇਖੋ, ਜਿਹੜਾ ਸਟੂਡੈਂਟ +2 ਪਾਸ ਆਊਟ ਹੈ 2018, 2019, ਈਵਨ 2017 ਪਾਸ ਆਊਟ ਹੈ, ਜਿਨ੍ਹਾਂ ਦੇ ਸਟੂਡੈਂਟਸ ਦੇ ਇੰਗਲਿਸ਼ 'ਚੋਂ 65% ਨੰਬਰ ਹੈ, ਉਹ ਵਿਦਆਊਟ ਆਈਲੈਟਸ UK ਜਾ ਸਕਦਾ ਹੈ। ਜਿਹੜਾ ਸਟੂਡੈਂਟ ਗ੍ਰੈਜੂਏਟ ਹੈ ਉਹ ਜਿਹਦੇ ਗ੍ਰੈਜੂਏਸ਼ਨ ਦੇ ਨੰਬਰ ਅਗਰ 50% ਹੈ, ਉਹਦੇ +2 ਦੇ ਨੰਬਰ 65%
ਤੇ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਬੱਚਾ ਜਿਹੜਾ ਵੀ ਸਟੂਡੈਂਟ ਉੱਥੇ ਸਟੱਡੀ ਬੇਸ ਦੇ ਉੱਤੇ ਜਾ ਰਿਹਾ ਹੈ ਉਹ ਸਪਾਊਸ ਵੀ ਉਹਦੇ ਨਾਲ ਜਾਂ ਬੱਚੇ ਵੀ ਆਪਣੇ ਨਾਲ ਲੈ ਕੇ ਜਾ ਸਕਦਾ ਹੈ? ਬਿਲਕੁਲ, ਯੂਕੇ ਹਾਈ ਕਮਿਸ਼ਨ ਦੀ ਜਿਹੜੀ ਹੈਗੀ ਉਹਦੇ 'ਚ ਇਸ ਤਰ੍ਹਾਂ ਹੈ ਕਿ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਇਕੱਠੇ ਲੈ ਕੇ ਜਾ ਸਕਦੇ ਹੋ। ਇਹਦੇ ਲਈ ਕੀ ਪ੍ਰੋਸੈਸ ਕੀ ਹੈ ਪਤਾ, ਉਹ ਵੀ ਪ੍ਰੋਸੈਸ ਵੀ ਦੱਸਿਆ ਜਾਏ ਥੋੜ੍ਹਾ ਜਿਹਾ, ਮਤਲਬ ਪ੍ਰੋਸੈਸ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਪ੍ਰੋਸੈਸ ਕੀ ਲੱਗੇਗਾ, ਕਿੰਨੇ ਕੁ ਦਿਨ ਦਾ ਪ੍ਰੋਸੈਸ ਹੈ ਅਤੇ ਕਿੰਨੇ ਕੁ ਦਿਨ 'ਚ ਜਿਹੜਾ ਵੀਜ਼ਾ ਆ ਜਾਂਦਾ ਹੈ ਜਾਂ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ। ਫਿਲਹਾਲ ਦੀ ਘੜੀ ਸਤੰਬਰ 2020 ਦੀ ਐਡਮਿਸ਼ਨ ਚੱਲ ਰਹੀ ਹੈ। ਜਿਹੜੇ ਸਟੂਡੈਂਟ ਪਲੱਸ ਟੂ ਪਾਸ ਆਊਟ ਹੈ, ਜਿਨ੍ਹਾਂ ਨੇ 17, 18 ਜਾਂ 19 ਪਲੱਸ ਟੂ ਪਾਸ ਆਊਟ ਕੀਤੀ ਹੈ, ਜਿਨ੍ਹਾਂ ਦੇ ਇੰਗਲਿਸ਼ 'ਚ ਨੰਬਰ 65% ਹੈ, ਉਹ ਬੈਚਲਰਸ ਪ੍ਰੋਗਰਾਮ ਲਈ ਜਾ ਸਕਦੇ ਹੈ। ਜਿਹੜੇ ਸਟੂਡੈਂਟ ਗ੍ਰੈਜੂਏਟ ਹੈ, ਜਿਨ੍ਹਾਂ ਦੀ ਗ੍ਰੈਜੂਏਸ਼ਨ 2010 ਪਾਸ ਆਊਟ ਹੈ, 12 ਪਾਸ ਆਊਟ ਹੈ, ਉਸ ਤੋਂ ਬਾਅਦ ਉਹਨਾਂ ਦੇ ਕੋਲ ਜੈਨੂਇਨ ਐਕਸਪੀਰੀਅੰਸ ਹੈ ਔਰ ਉਹਨਾਂ ਦੇ ਨੰਬਰ ਪਲੱਸ ਟੂ ਦੇ ਵਿੱਚੋਂ 65% ਹੈ, ਉਹ ਮਾਸਟਰਸ ਕੋਰਸ ਲਈ ਜਾ ਸਕਦੇ ਹੈ। ਅਤੇ ਜਿਹੜੇ ਸਟੂਡੈਂਟ ਸਪਾਊਸ ਹੈ, ਮੈਰਿਡ ਕੇਸ ਹੈ, ਉਹ ਆਪਣੇ ਸਪਾਊਸ ਨੂੰ ਅਤੇ ਆਪਣੇ ਬੱਚੇ ਨਾਲ ਟਰੈਵਲ ਕਰ ਸਕਦੇ ਹੈ। ਅਤੇ ਇਹਦੇ ਲਈ ਕੋਈ ਗੈਪ ਵੀ ਅਸੈਪਟਡ ਹੈ ਵੀ ਜਿਵੇਂ ਗੈਪ ਬੱਚਿਆਂ ਦਾ ਗੈਪ ਵੀ ਹੁੰਦਾ, ਉਹਨੂੰ ਵੀ ਦੇਖਿਆ ਜਾਂਦਾ ਅਕਸਰ ਕਿ ਗੈਪ ਜਿਹੜਾ ਪੀਰੀਅਡ ਵਾਲੇ ਬੱਚੇ ਹੁੰਦੇ, ਗੈਪ ਪੀਰੀਅਡ ਵਾਲੇ ਬੱਚੇ ਹੁੰਦੇ ਆ, ਉਹਨਾਂ ਨੂੰ ਥੋੜ੍ਹੀ ਦਿੱਕਤ ਦਿੱਤੀ ਜਾਂਦੀ ਹੈ ਅੰਬੈਸੀਆਂ? ਨਹੀਂ, ਇਹ ਇਹਦੇ ਯੂਕੇ ਦੇ ਵਿੱਚ 2 ਤੋਂ 3 ਸਾਲ ਦਾ ਜਿਹੜਾ ਪਲੱਸ ਟੂ ਵਾਲੇ ਬੱਚਿਆਂ ਲਈ ਗੈਪ ਅਸੈਪਟੇਬਲ ਹੈ, ਜਿਹੜੇ ਗ੍ਰੈਜੂਏਸ਼ਨ ਹੈ ਉਹਨਾਂ 10 ਸਾਲ ਤੱਕ ਦਾ ਗੈਪ ਵੀ ਅਸੈਪਟੇਬਲ ਹੈ। ਅਤੇ ਵੀਜ਼ਾ ਦਾ ਜਿਹੜਾ ਪ੍ਰੋਸੈਸ ਹੈ ਉਹ ਕੀ ਪ੍ਰੋਸੈਸ ਰਹੇਗਾ ਜੀ, ਕੀ ਆਫਰ ਲੈਟਰ ਆਉਣ ਤੋਂ ਬਾਅਦ ਤੁਸੀਂ ਵੀਜ਼ਾ ਅਪਲਾਈ ਕਰਾਓਗੇ ਬੱਚੇ ਦਾ? ਬਿਲਕੁਲ, ਇਹਦੇ 'ਚ ਪ੍ਰੋਸੈਸ ਇਹ ਹੈ ਕਿ ਜਿਹੜੇ ਸਟੂਡੈਂਟਸ ਹੈ ਜਿਨ੍ਹਾਂ ਨੇ ਯੂਕੇ ਪੜ੍ਹਨ ਵਾਸਤੇ ਜਾਣਾ, ਉਹਨਾਂ ਦੇ ਕੋਲ 28 ਦਿਨ ਪੁਰਾਣੇ ਫੰਡਸ ਹੋਣੇ ਚਾਹੀਦੇ ਹੈ, 17 ਤੋਂ 18 ਲੱਖ ਰੁਪਏ। ਅਗਰ ਉਹਨਾਂ ਕੋਲ 28 ਦਿਨ ਪੁਰਾਣੇ ਫੰਡਸ ਹੈਗੇ ਹੈ ਤਾਂ ਉਹ ਆਪਣਾ ਯੂਕੇ ਸਤੰਬਰ 2020 ਲਈ ਅਪਲਾਈ ਕਰ ਸਕਦੇ ਹੈ। ਜਿਹੜਾ ਸਾਰਾ ਪ੍ਰੋਸੈਸ ਹੈ ਉਹ 1.5 ਤੋਂ 2 ਮਹੀਨੇ ਦਾ ਹੈ। ਆਫਰ ਲੈਟਰ ਜਿਹੜੀ ਹੈਗੀ ਯੂਕੇ ਦੀ, ਕੁਛ ਯੂਨੀਵਰਸਿਟੀਜ਼ 1 ਦਿਨ ਦੇ ਵਿੱਚ ਵੀ ਗ੍ਰਾਂਟ ਕਰ ਰਹੀਆਂ। ਆਪਾਂ ਮੈਕਸੀਮਮ ਲਗਾਈਏ, ਕੁਛ ਯੂਨੀਵਰਸਿਟੀਆਂ ਤੁਸੀਂ ਕਹਿੰਦੇ ਹੋ ਜਿਵੇਂ 1 ਦਿਨ ਦੇ ਵਿੱਚ ਜਿਹੜਾ ਆਫਰ ਲੈਟਰ ਭੇਜ ਦਿੰਦੀਆਂ, ਨਹੀਂ ਤਾਂ ਜੇ ਕੋਈ ਅਲੱਗ ਅਲੱਗ ਯੂਨੀਵਰਸਿਟੀਆਂ ਦਾ ਵੀ ਟੋਟਲ ਆਪਾਂ ਲਗਾਈਏ ਤਾਂ ਕਿੰਨਾ ਕੁ ਟਾਈਮ, ਮਤਲਬ ਆਪਾਂ ਸਿੱਧੇ ਸਿੱਧੇ ਤਰੀਕੇ ਨਾਲ ਦੱਸਿਆ ਜਾਏ ਕਿ ਕਿੰਨੇ ਕੁ ਦਿਨਾਂ ਦੇ ਵਿੱਚ ਤੁਹਾਨੂੰ ਵੀਜ਼ਾ ਜਿਹੜਾ ਹੈ ਉਹ ਮਿਲ ਜਾਏਗਾ ਉੱਥੇ ਦਾ? ਦੇਖੋ, ਜਿਹੜੀ ਕੁਛ ਯੂਨੀਵਰਸਿਟੀਜ਼ ਹੈ ਸਾਡੇ ਕੋਲ ਜਿਹਨਾਂ ਦੀ ਆਫਰ ਲੈਟਰ 1 ਦਿਨ ਵਿੱਚ ਮਿਲ ਰਹੀ ਹੈ, ਬਾਕੀ ਨੋਰਮਲ ਯੂਨੀਵਰਸਿਟੀਜ਼ ਜਿਹੜੀਆਂ ਉਹ ਆਫਰ ਲੈਟਰ 5 ਤੋਂ 7 ਦਿਨ ਦੇ ਵਿੱਚ ਦੇ ਰਹੀ ਹੈ। ਔਰ ਇਹ ਜਿਹੜਾ ਸਾਰਾ ਪ੍ਰੋਸੈਸ, ਬਿਕੋਜ਼ ਆਫਰ ਲੈਟਰ ਆਉਣ ਤੋਂ ਬਾਅਦ ਬੱਚੇ ਨੇ ਆਪਣੀ ਟਿਊਸ਼ਨ ਫੀਸ ਪੇ ਕਰਨੀ ਹੈ, ਫੰਡਸ ਦਿਖਾਉਣੇ ਹੈ, ਮੈਡੀਕਲ ਕਰਨਾ ਅਤੇ ਫਾਈਲ ਹਾਈ ਕਮਿਸ਼ਨ ਦੇ ਵਿੱਚ ਸਬਮਿਟ ਕਰਨੀ ਹੈ। ਜਿਹੜੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਬੱਚਾ ਸਬਮਿਟ ਕਰ ਰਿਹਾ, ਉਹ ਹਾਈ ਕਮਿਸ਼ਨ ਨੂੰ 20 ਤੋਂ 25 ਦਿਨ ਦਾ ਪ੍ਰੋਸੈਸ ਲੈ ਕੇ ਚੱਲਦੀ ਹੈ। ਤਾਂ ਟੋਟਲ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 1.5 ਤੋਂ 2 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ। ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਜਿਹੜਾ ਬੱਚਾ ਸਟੂਡੈਂਟ ਯੂਕੇ ਵਾਸਤੇ ਵੀਜ਼ਾ ਅਪਲਾਈ ਕਰਦਾ ਸੀ, ਉਹ 3 ਕੈਟੇਗਰੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦਾ ਸੀ, ਨੋਰਮਲ ਕੈਟੇਗਰੀ, ਪ੍ਰਾਇੋਰਟੀ ਔਰ ਸੁਪਰ ਪ੍ਰਾਇੋਰਟੀ। ਜਿਹੜੀ ਸੁਪਰ ਪ੍ਰਾਇੋਰਟੀ ਕੈਟੇਗਰੀ ਹੈ ਉਹਦੇ 'ਚ ਵੀਜ਼ਾ ਵੀ 1 ਦਿਨ ਦੇ ਵਿੱਚ ਮਿਲ ਜਾਂਦਾ ਸੀ। ਡਿਊ ਟੂ ਕਰੋਨਾ ਵਾਇਰਸ ਕਰਕੇ ਹੁਣ ਜਿਹੜੀ ਹੈ ਉਹ ਦੋਨੋਂ ਸਰਵਿਸਿਜ਼ ਬੰਦ ਹੈ। ਹੁਣ ਜਿਹੜਾ ਸਟੂਡੈਂਟ ਹੈ ਨੋਰਮਲ ਕੈਟੇਗਰੀ ਦੇ ਵਿੱਚ ਵੀਜ਼ਾ ਅਪਲਾਈ ਕਰੇਗਾ, ਅਤੇ ਟੋਟਲ ਪ੍ਰੋਸੈਸਿੰਗ ਟਾਈਮ ਹੈ ਉਹ 1.5 ਤੋਂ 2 ਮਹੀਨੇ ਦਾ ਲੈ ਕੇ ਚੱਲੋ। ਉਹ ਪਤਾ ਤੁਸੀਂ ਯਾਨੀ ਜਿਸ ਤਰ੍ਹਾਂ ਕਹਿ ਰਹੇ ਹੋ ਕਿ 1.5 ਤੋਂ 2 ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਪ੍ਰੋਸੈਸਿੰਗ ਟਾਈਮ ਲੱਗਿਆ, ਅਤੇ ਵੀਜ਼ਾ ਲੱਗਣ ਤੋਂ 1.5 ਤੋਂ 2 ਮਹੀਨੇ ਦੇ ਵਿੱਚ ਜਿਹੜਾ ਅੱਜ ਤੋਂ ਜੇ ਪ੍ਰੋਸੈਸ ਸ਼ੁਰੂ ਕਰਦਾ ਤਾਂ 1.5 ਤੋਂ 2 ਮਹੀਨੇ ਉਹਨੂੰ ਲੱਗਣਗੇ। ਹਾਂਜੀ। ਅਤੇ ਸਤੰਬਰ 2020 ਦੇ ਲਈ ਵੀਜ਼ਾ ਅਪਲਾਈ ਕਰਨਾ ਬੱਚੇ ਨੇ, ਤਾਂ ਉਹਦੇ ਲਈ ਕੀ ਤੁਹਾਨੂੰ ਪ੍ਰੋਸੈਸਿੰਗ ਹੈ, ਕਿੰਨੇ ਕੁ ਲਾਸਟ ਡੇਟ ਹੈ ਉਹਦੀ? ਦੇਖੋ, ਜਿਹੜਾ ਸਤੰਬਰ 2020 ਲਈ ਹੈ ਉਹ ਅੱਜ ਆਪਾਂ ਜੂਨ ਦੇ ਵਿੱਚ ਬੈਠੇ ਹਾਂ, ਤਾਂ ਟੋਟਲ ਟਾਈਮ ਜਿਹੜਾ ਹੈਗਾ 1.5 ਤੋਂ 2 ਮਹੀਨੇ ਦਾ। ਉਸ ਹਿਸਾਬ ਦੇ ਨਾਲ ਸਤੰਬਰ 2020 ਦਾ ਜਿਹੜਾ ਪ੍ਰੋਸੈਸ ਹੈ ਉਹ ਬੱਚਾ ਹੁਣ ਅੱਜ ਸ਼ੁਰੂ ਕਰ ਸਕਦਾ। ਜੂਨ ਦੇ ਐਂਡ ਤੱਕ ਉਹ ਜੁਲਾਈ 10 ਤੱਕ ਯੂਨੀਵਰਸਿਟੀਜ਼ ਜਿਹੜੀਆਂ ਆਫਰ ਲੈਟਰ ਰਿਲੀਜ਼ ਕਰਨਗੀਆਂ। 10 ਜੁਲਾਈ ਤੋਂ ਬਾਅਦ ਯੂਨੀਵਰਸਿਟੀਜ਼ ਜਿਹੜੀਆਂ ਆਫਰ ਲੈਟਰ ਰਿਲੀਜ਼ ਕਰਨੀਆਂ ਬੰਦ ਕਰ ਦੇਣਗੇ। ਫਿਰ ਜਿਹੜੇ ਸਟੂਡੈਂਟ ਜੋ ਆਫਰ ਲੈਟਰ ਰਿਸੀਵਡ ਹੋ ਗਈ ਹੈ, ਉਹ ਸਟੂਡੈਂਟ ਆਪਣੀ ਟਿਊਸ਼ਨ ਫੀਸ ਪੇ ਕਰਕੇ ਕੈਸ਼ ਲੈਟਰ ਅਪਲਾਈ ਕਰੇਗਾ। ਕੈਸ਼ ਲੈਟਰ ਆਉਣ ਤੋਂ ਬਾਅਦ ਫਿਰ ਵੀਜ਼ਾ ਅਪਲਾਈ ਹੋਏਗਾ, ਅਤੇ ਜਿਹੜਾ ਸਾਰਾ ਪ੍ਰੋਸੈਸਿੰਗ ਟਾਈਮ ਹੈ ਉਹ 1.5 ਤੋਂ 2 ਮਹੀਨੇ। ਉਸ ਹਿਸਾਬ ਨਾਲ ਜਿਹੜਾ ਸਤੰਬਰ 2020 ਲਈ ਆਪਾਂ ਐਡਮਿਸ਼ਨ ਜਿਹੜੀ ਕਰ ਰਹੇ ਹਾਂ ਉਹ ਇਹ ਸਹੀ ਟਾਈਮ ਹੈ ਸਤੰਬਰ 2020 ਲਈ ਅਪਲਾਈ ਕਰਨ ਦਾ। ਉਪਲ ਸਾਹਿਬ, ਸਤੰਬਰ 2020 ਦੇ ਵਿੱਚ ਜਿਹੜੇ ਬੱਚੇ ਨੇ ਅਪਲਾਈ ਕਰਨਾ ਹੈ ਉਹ ਚਲੋ ਸਕਰੀਨ ਦੇ ਉੱਤੇ ਜਿਹੜੇ ਨੰਬਰ ਨੀਚੇ ਚੱਲ ਰਹੇ ਉਹਨਾਂ ਦੇ ਉੱਤੇ ਤੁਹਾਨੂੰ ਸੰਪਰਕ ਕਰ ਹੀ ਲੈਣਗੇ, ਪਰ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚ ਕਰਨ ਦੇ ਕਿੰਨਾ ਤੁਹਾਡਾ ਕਿੰਨਾ ਖਰਚਾ ਇਹਦੇ ਵਿੱਚ? ਦੇਖੋ, ਜਿਹੜਾ ਬੱਚਾ ਸਤੰਬਰ 2020 ਲਈ ਯੂਕੇ ਜਾਣਾ ਚਾਹੁੰਦਾ ਉਹਨੂੰ ਸਾਡੇ ਆਫਿਸ ਵਿਜ਼ਿਟ ਕਰਨਾ ਹੈ, ਲੁਧਿਆਣਾ ਅਤੇ ਪਟਿਆਲਾ ਸਾਡੀ ਬ੍ਰਾਂਚ ਹੈ, ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰ ਸਕਦਾ ਹੈ, ਸਾਡੇ ਆਪਣੇ ਡਾਕੂਮੈਂਟਸ ਆਪਣੇ ਘਰ ਬੈਠ ਕੇ ਅਪਲੋਡ ਕਰ ਸਕਦਾ, ਸਾਡਾ ਸਟਾਫ ਉਹਨੂੰ ਘਰ ਬੈਠ ਕੇ ਯੂਨੀਵਰਸਿਟੀਜ਼ ਦੀਆਂ ਆਪਸ਼ਨਸ ਪ੍ਰੋਵਾਈਡ ਕਰੇਗਾ ਅਤੇ ਆਫਰ ਲੈਟਰ ਉਹਨੂੰ ਰਿਲੀਜ਼ ਕਰਾ ਦੇਗਾ। ਇੱਕ ਦੂਸਰੀ ਇਨਫੋਰਮੇਸ਼ਨ, ਜਿਹੜੀ ਪੈਸੇ ਹੈ, ਤੁਸੀਂ ਵਿਜ਼ਨ ਗਰੁੱਪ ਨੂੰ ਕੋਈ ਪ੍ਰੋਸੈਸਿੰਗ ਫੀਸ ਐਡਵਾਂਸ ਪੇ ਨਹੀਂ ਕਰਨੀ, ਆਪਾਂ ਯੂਨੀਵਰਸਿਟੀ ਫੀਸ ਅਤੇ ਅੰਬੈਸੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ। ਅੱਛਾ, ਮੈਂ ਤਾਂ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਤੁਸੀਂ ਆਪਣੇ ਵੱਲੋਂ ਜਿਹੜੀ ਫੀਸ ਹੈ ਕੋਈ ਵੀ ਚਾਰਜ ਨਹੀਂ ਕਰਦੇ ਬੱਚਿਆਂ ਤੋਂ, ਪਰੰਤੂ ਇਸ ਦੇ ਬਾਵਜੂਦ ਜਿਹੜਾ ਤੁਸੀਂ ਆਪਣਾ ਜਿਹੜਾ ਟੋਟਲ ਖਰਚਾ ਉਹ ਕਿੰਨਾ ਆ ਸਕਦਾ ਜੀ ਬੱਚਿਆਂ ਦਾ? ਦੇਖੋ, ਜਿਹੜੇ ਸਟੂਡੈਂਟ ਯੂਕੇ ਜਾ ਰਹੇ ਹਾਂ ਉਹਨਾਂ ਟੋਟਲ ਖਰਚਾ 6 ਤੋਂ 7 ਲੱਖ ਰੁਪਏ ਦੇ ਆਸ ਪਾਸ
ਇਹ ਤੁਸੀਂ ਸਿਰਫ ਇੱਕ ਬੱਚੇ ਦਾ ਦੱਸ ਰਹੇ ਹੋ ਉਪਲ ਸਾਹਿਬ ਕਿ ਉਹਦੀ ਜਿਹੜੀ ਵਾਈਫ ਨੇ ਵੀ ਨਾਲ ਜਾਣਾ ਹੋਏ ਜਾਂ ਦੇਖੋ ਨਾਲ ਜਾਣਾ ਹੋਏ ਉਹਦਾ ਕਿੰਨਾ ਖਰਚਾ ਜੀ ਜਿਹੜਾ ਸਟੂਡੈਂਟ ਦਾ ਖਰਚਾ 6 ਤੋਂ 7 ਲੱਖ ਰੁਪਏ ਅਗਰ ਉਹਨੇ ਸਪਾਊਸ ਨੇ ਜਾਣਾ ਹੈ ਜਾਂ ਉਹਦੇ ਬੱਚੇ ਨੇ ਆਉਣਾ ਉਹਦੇ ਵਿੱਚ ਦੋ ਚੀਜ਼ਾਂ ਐਡ ਅਪ ਹੋਣਗੀਆਂ ਇੱਕ ਤਾਂ ਉਹਨਾਂ ਨੂੰ ਫਾਈਨੈਂਸ਼ੀਅਲ ਦਿਖਾਉਣੇ ਪੈਣਗੇ ਸਪਾਊਸ ਨੂੰ ਆਪਣੇ ਅਲੱਗ ਦਿਖਾਉਣੇ ਪੈਣਗੇ ਬੱਚੇ ਨੂੰ ਆਪਣੇ ਅਲੱਗ ਫਾਈਨੈਂਸ਼ੀਅਲ ਦਿਖਾਉਣੇ ਪੈਣਗੇ ਸੈਕਿੰਡ ਜਿਹੜੀ ਇਹਦੇ ਖਰਚਾ ਐਡ ਹੁੰਦਾ ਉਹ ਸਿਰਫ ਅੰਬੈਸੀ ਫੀਸ ਅਤੇ ਇੰਸ਼ੋਰੈਂਸ ਦਾ ਖਰਚਾ ਐਡ ਅਪ ਹੋਏਗਾ ਹੋਰ ਇਹਨਾਂ ਦਾ ਇਸ ਤੋਂ ਇਲਾਵਾ ਕੋਈ ਸਪਾਊਸ ਦਾ ਅਤੇ ਬੱਚੇ ਦਾ ਖਰਚਾ ਨਹੀਂ ਆਉਂਦਾ ਫੰਡਸ ਕਿੰਨਾ ਕੁ ਸ਼ੋਅ ਕਰਨਾ ਪਏਗਾ ਜੀ ਇਕੱਲੇ ਲਈ ਕਿੰਨਾ ਸ਼ੋਅ ਕਰਨਾ ਪਏਗਾ ਅਤੇ ਜੇ ਸਪਾਊਸ ਨਾਲ ਜਾ ਰਹੀ ਹੈ ਤਾਂ ਉਹਦੇ ਲਈ ਕਿੰਨਾ ਅਤੇ ਬੱਚਾ ਨਾਲ ਜਾ ਰਿਹਾ ਤਾਂ ਉਹਦੇ ਲਈ ਕਿੰਨਾ ਫੰਡਸ ਸ਼ੋਅ ਦੇਖੋ ਜਿਹੜਾ ਸਟੂਡੈਂਟ ਸਿੰਗਲ ਜਾ ਰਿਹਾ ਉਹਨੂੰ 16 ਤੋਂ 17 ਲੱਖ ਰੁਪਏ 28 ਦਿਨ ਪੁਰਾਣਾ ਚਾਹੀਦਾ ਉਹ ਫੰਡਸ ਚਾਹੇ ਸਟੂਡੈਂਟ ਦੇ ਅਕਾਊਂਟ 'ਚ ਹੋਵੇ ਸਟੂਡੈਂਟ ਦੇ ਪੇਰੈਂਟਸ ਦੇ ਅਕਾਊਂਟ 'ਚ ਹੋਵੇ ਉਹ ਚੱਲੇਗਾ ਜਿਹੜਾ ਮੈਰਿਡ ਸਟੂਡੈਂਟ ਹੈ ਜਿਹਨੇ ਆਪਣੇ ਸਪਾਊਸ ਜਾਂ ਬੱਚੇ ਨਾਲ ਲੈ ਕੇ ਜਾਣਾ ਪਹੁੰਚਾਉਣਾ ਚਾਹੁੰਦਾ ਹੈ ਉਹਨੂੰ ਖਰਚਾ ਅਪਰੋਕਸੀਮੇਟ ਫੰਡ ਸ਼ੋਅ ਕਰਨੇ ਪੈਣਗੇ ਉਹ 25 ਲੱਖ ਤੋਂ ਲੈ ਕੇ 30 ਲੱਖ ਰੁਪਏ ਫੰਡ ਚਾਹੀਦੇ 28 ਦਿਨ ਪੁਰਾਣੇ 28 ਦਿਨ ਪੁਰਾਣੇ ਜਿਹੜੇ ਫੰਡਸ ਹੈ ਉਹ ਸ਼ੋਅ ਕਰਨੇ ਪੈਣਗੇ ਆਪਣੇ ਲਈ ਪਰ ਇੱਕ ਉਪਲ ਸਾਹਿਬ ਅਸੀਂ ਮਾਰਕੀਟ 'ਚ ਦੇਖਦੇ ਹਾਂ ਕਿ ਕਈ ਜਗ੍ਹਾ ਦੇ ਉੱਤੇ ਐਡ ਚੱਲਦੀ ਹੁੰਦੀ ਹੈ ਕਿ 2 ਲੱਖ ਰੁਪਏ 'ਚ ਤੁਸੀਂ ਜਿਹੜਾ UK ਜਾਓ ਉੱਥੇ ਤੁਸੀਂ ਖਰਚਾ ਮਤਲਬ 6-7 ਲੱਖ ਰੁਪਏ ਦੱਸ ਰਹੇ ਹੋ ਸਿੰਗਲ ਬੱਚੇ ਦਾ ਇਹਦੇ 'ਚ ਕਿਤੇ ਨਾ ਕਿਤੇ ਕੰਟਰਡਿਕਸ਼ਨ ਨਹੀਂ ਆਉਂਦੀ ਕੁਛ ਦੇਖੋ ਜਿਹੜੀ ਵੀ ਯੂਨੀਵਰਸਿਟੀਜ਼ ਹੈ UK ਦੀਆਂ ਉਹ ਸਾਰੀ ਯੂਨੀਵਰਸਿਟੀਜ਼ ਦੀਆਂ ਫੀਸ ਹਰ ਇੱਕ ਕੰਸਲਟੈਂਟ ਲਈ ਬਰਾਬਰ ਹੈ ਅੱਜ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਤੁਸੀਂ ਨਿਊਜ਼ ਸੁਣੀ ਹੋਣੀ ਹੈ ਕਿ ਬਹੁਤ ਸਾਰੇ ਸਟੂਡੈਂਟ ਪੰਜਾਬੀ ਬੱਚੇ ਉੱਥੇ ਗਏ ਉੱਥੇ ਜਾ ਕੇ ਦੌੜ ਗਏ ਇਹ ਦੇਖੋ ਜਿਹੜੇ ਕੰਸਲਟੈਂਟ ਹੈ ਕਿ ਉਹ ਨੋਰਮਲੀ ਕੀ ਹੁੰਦਾ UK ਦੇ ਵਿੱਚ ਚਾਹੇ ਤੁਸੀਂ £1,000 ਡਿਪੋਜ਼ਿਟ ਕਰਕੇ ਵੀਜ਼ਾ ਅਪਲਾਈ ਕਰ ਸਕਦੇ ਹੋ ਜਿਹੜਾ ਸਟੂਡੈਂਟ ਹੈ ਇਨੀਸ਼ੀਅਲ ਪਹਿਲਾਂ £1,000 ਜਾਂ 2,000 ਪੇ ਕਰਕੇ ਆਪਣਾ ਵੀਜ਼ਾ ਅਪਲਾਈ ਕਰ ਦਿੰਦਾ ਸੀਗਾ ਔਰ ਵੀਜ਼ਾ ਮਿਲਦੇ ਸੀ ਹੁਣ ਇਹ ਲਾਸਟ ਟਾਈਮ ਤੋਂ ਇਹ ਚੀਜ਼ ਅਪਡੇਟ ਹੋ ਗਈ ਕਿ ਜਿਹੜਾ 50% ਟਿਊਸ਼ਨ ਫੀਸ ਹੈ ਤੁਸੀਂ ਉਹੀ ਪੇ ਕਰਕੇ ਜਾ ਸਕਦੇ ਹੋ ਅਤੇ ਐਵਰੇਜ ਜਿਹੜੀ ਫੀਸ ਹੈ £5,500 ਮਿਨੀਮਮ ਇੱਕ ਯੂਨੀਵਰਸਿਟੀ ਦੀ ਫੀਸ ਹੈ ਜਿਹੜਾ ਬੱਚਾ ਪੇ ਕਰੇਗਾ ਜਿਹੜੀ 2 ਤੋਂ 2.5 ਲੱਖ ਦੀ ਐਡ ਹੈ ਉਹ ਸਿਰਫ ਕਲਾਇੰਟ ਨੂੰ ਆਫਿਸ ਤੱਕ ਬੁਲਾਉਣ ਦੀ ਐਡ ਹੈ ਪਰ ਜਿਹੜੀ ਟਿਊਸ਼ਨ ਫੀਸ ਹੈ ਉਹ ਹਰ ਇੱਕ ਯੂਨੀਵਰਸਿਟੀ ਜਿਹੜੀ ਹੈ £5,500 ਤੋਂ ਲੈ ਕੇ £6,500 ਹੈਗੀ ਹੈ ਮਤਲਬ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਬੱਚੇ 2 ਲੱਖ ਰੁਪਏ ਦੀ ਐਡ ਦੇਖੀ ਜਾਂਦੀ ਹੈ ਜਿਹਨਾਂ ਜਿਹੜੇ ਜਿਹੜੇ ਏਜੰਟ ਸਰਵਿਸ ਵਾਲੇ ਜਿਹੜੇ ਹੈਗੇ ਨੇ ਵੀਜ਼ਾ ਸਰਵਿਸ ਵਾਲੇ ਹੈਗੇ ਨੇ ਉਹ 2 ਲੱਖ ਰੁਪਏ ਦੀ ਐਡ ਦੇ ਰਹੇ ਨੇ ਬੱਚੇ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਜਿਹੜੀ ਟਿਊਸ਼ਨ ਜਿਹੜਾ ਵੀ ਬੰਦਾ 2 ਲੱਖ ਰੁਪਏ ਦੀ ਐਡ ਕਰ ਰਿਹਾ ਹੈ ਜਾਂ ਜਿਹੜਾ ਬੰਦਾ ਕਹਿ ਰਿਹਾ ਕਿ ਮੈਂ 2 ਲੱਖ UK ਭੇਜਾਂਗਾ ਤੂੰ ਪਹਿਲਾਂ ਇਹ ਕ੍ਰੋਸ ਚੈੱਕ ਕਰਨ ਵਾਲੀ ਗੱਲ ਹੈ ਕਿ ਉਹ ਕਿਹੜੀ ਯੂਨੀਵਰਸਿਟੀ 'ਚ ਭੇਜ ਰਿਹਾ ਅਤੇ ਉਹਨਾਂ ਦੀ ਟਿਊਸ਼ਨ ਫੀਸ ਕਿੰਨੀ ਡਿਪੋਜ਼ਿਟ ਕਰ ਰਿਹਾ ਅਗਰ ਟਿਊਸ਼ਨ ਫੀਸ ਹੀ £5,500 ਹੈ ਤਾਂ ਉਹ 2 ਲੱਖ 'ਚ ਕਿਵੇਂ ਭੇਜ ਸਕਦਾ ਤਾਂ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਹੀ ਸਵਾਲ ਹੈ ਅਤੇ ਇਹਦੇ ਲਈ ਮਤਲਬ ਜਿਹੜਾ ਬੱਚੇ ਹੈਗੇ ਉਹਨਾਂ ਨੂੰ ਆਪਣੀ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਕਿ 2 ਲੱਖ ਰੁਪਏ ਦੇ ਵਿੱਚ ਬੱਚਾ ਉਹ ਕਿਵੇਂ ਭੇਜ ਰਿਹਾ ਅਤੇ ਅੱਜ ਤੱਕ ਉਹਨਾਂ ਨੇ ਕਿੰਨੇ ਕੁ ਬੱਚੇ ਭੇਜੇ ਨੇ ਇਸ ਤੋਂ ਬਾਅਦ ਸਵਾਲ ਇੱਕ ਇਹ ਵੀ ਉੱਠਦਾ ਹੈ ਆਪਣਾ ਉਪਲ ਸਾਹਿਬ ਕਿ ਕੈਨੇਡਾ ਦੀ ਥਾਂ 'ਤੇ ਬੱਚਾ UK ਹੀ ਕਿਉਂ ਜਾਏ ਜੀ ਦੇਖੋ ਜਿਹੜੇ ਕੈਨੇਡਾ ਔਰ UK ਵਿੱਚ ਇੱਕ ਡਿਫਰੈਂਸ ਹੈ ਜਿਹੜੇ ਸਟੂਡੈਂਟ ਆਈਲੈਟਸ ਨਹੀਂ ਕਰ ਸਕਦੇ ਜਿਹੜੇ ਸਟੂਡੈਂਟ ਦਾ ਪੜ੍ਹਾਈ ਦੇ ਵਿੱਚ ਗੈਪ ਹੈ ਜਿਹੜੇ ਸਟੂਡੈਂਟ ਦੇ ਆਲਰੇਡੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੈ ਜਿਹੜੇ ਸਟੂਡੈਂਟ ਦਾ ਆਲਰੇਡੀ 2 ਚੋਂ 5.5 ਬੈਂਡ ਹੈ ਉਹ ਸਾਰੇ ਜਿਹੜੇ ਸਟੂਡੈਂਟਸ ਹੈ ਉਹ ਕੈਨੇਡਾ ਨਹੀਂ ਟਰੈਵਲ ਕਰ ਸਕਦੇ ਤਾਂ ਉਹਨਾਂ ਲਈ UK ਇੱਕ ਡੈਸਟੀਨੇਸ਼ਨ ਹੈ ਜਿਹੜਾ ਕੈਨੇਡਾ ਹੈ ਉਹਦੀ ਰਿਕੁਆਇਰਮੈਂਟ ਓਵਰਆਲ 6 ਕਿਸੇ ਇੱਕ ਮੋਡਿਊਲ ਦੇ ਵਿੱਚੋਂ 5.5 ਹੈ ਤਾਂ ਜਿਹੜੇ ਸਟੂਡੈਂਟ ਵਿਦਾਊਟ ਆਈਲੈਟਸ ਨਹੀਂ ਜਾ ਪਾ ਰਹੇ ਜਾਂ ਜਿਹੜੇ ਸਟੂਡੈਂਟ ਕੋਲ ਬੈਂਡ ਘੱਟ ਹੈ ਉਹਨਾਂ ਲਈ UK ਬਹੁਤ ਅੱਛੀ ਡੈਸਟੀਨੇਸ਼ਨ ਹੈ ਅਤੇ ਇਹੀ ਇਸੀ ਤੁਹਾਡੇ ਇਸੀ ਸਵਾਲ ਤੋਂ ਇੱਕ ਹੋਰ ਸਵਾਲ ਉੱਠਦਾ ਹੈ ਉਪਲ ਸਾਹਿਬ ਕਿ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਹੋਣ ਤੋਂ ਬਾਅਦ ਕੀ ਇੱਥੇ ਜੇਕਰ ਬੱਚਾ UK ਲਈ ਅਪਲਾਈ ਕਰਦਾ ਤਾਂ ਉਹਦੀ ਕੋਈ ਉਹਨਾਂ ਦੀ ਰਿਫਿਊਜ਼ਲ ਜਿਹੜੀ ਪਿਛਲੀਆਂ ਰਿਫਿਊਜ਼ਲ ਹੈ ਉਹਨਾਂ ਦਾ ਕੋਈ ਅਸਰ ਪਵੇਗਾ ਦੇਖੋ ਜਿਹੜਾ UK ਹਾਈ ਕਮਿਸ਼ਨ ਦਾ ਹੈਗਾ ਉਹਦੀ ਸਿਰਫ ਉਹਨਾਂ ਨੇ ਫਾਰਮ ਦੇ ਵਿੱਚ ਇੱਕ ਕਾਲਮ ਪਾਇਆ ਕਿ ਤੁਹਾਡਾ ਆਲਰੇਡੀ ਅਗਰ ਵੀਜ਼ਾ ਰਿਫਿਊਜ਼ ਸਾਨੂੰ ਡਿਕਲੇਅਰ ਕਰ ਦਿਉ ਕਿਉਂਕਿ ਜਿਹੜਾ UK ਦਾ ਸਟੂਡੈਂਟ ਵੀਜ਼ਾ ਜਿਹਨੂੰ ਆਪਾਂ Tier 4 ਕਹਿੰਦੇ ਉਹ ਪੁਆਇੰਟ ਬੇਸ ਵੀਜ਼ਾ ਹੈ ਤੁਹਾਡੇ ਐਜੂਕੇਸ਼ਨ ਤੁਹਾਡੇ ਜਿਹੜੇ ਕੈਸ਼ ਲੈਟਰ ਦੇ ਪੁਆਇੰਟ ਔਰ ਤੁਹਾਡੇ ਫੰਡਸ ਦੇ ਪੁਆਇੰਟ 'ਤੇ ਹੈ ਤਾਂ ਇਸ ਦੇ ਵਿੱਚ ਅਗਰ ਤੁਸੀਂ ਡਿਕਲੇਅਰ ਕਰ ਦਿੰਦੇ ਹੋ ਤਾਂ ਉਹਦੇ ਵਿੱਚ ਕੋਈ ਇਫੈਕਟ ਨਹੀਂ ਪੈਂਦਾ ਲਾਸਟ ਜਨਵਰੀ ਇਨਟੇਕ ਹੀ ਸਾਡੇ ਕਾਫੀ ਸਟੂਡੈਂਟ ਇਸ ਤਰ੍ਹਾਂ ਸਾਡੇ ਕੋਲ ਆਏ ਸੀ ਜਿਨ੍ਹਾਂ ਦਾ ਆਲਰੇਡੀ ਕੈਨੇਡਾ ਅਤੇ ਆਸਟ੍ਰੇਲੀਆ ਦਾ ਵੀਜ਼ਾ ਰਿਫਿਊਜ਼ ਸੀ ਔਰ ਉਹਨਾਂ ਨੂੰ UK ਦਾ ਵੀਜ਼ਾ ਗ੍ਰਾਂਟ ਵੀ ਹੋਇਆ ਤਾਂ ਚੰਗੀ ਗੱਲ ਹੈ ਅਪੁੱਲ ਸਾਹਿਬ ਪਰ ਇੱਕ ਹੋਰ ਗੱਲ ਵੀ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ ਬਿਨਾਂ ਆਈਲੈਟਸ ਦੇ ਬੱਚਾ ਜਿਹੜਾ ਹੈ ਉਹ UK ਲਈ ਅਪਲਾਈ ਕਰ ਸਕਦਾ ਹੈ ਅਤੇ ਜਿਹੜੇ ਬੱਚਿਆਂ ਦੇ ਨੰਬਰ ਘੱਟ ਹੈ ਉਹ ਬੱਚੇ ਵੀ ਬਿਨਾਂ ਆਈਲੈਟਸ ਤੋਂ ਜਾ ਸਕਦੇ ਨੇ ਨਹੀਂ ਦੇਖੋ ਜਿਹੜੇ ਸਟੂਡੈਂਟ ਦੀ +2 ਦੇ ਵਿੱਚੋਂ ਇੰਗਲਿਸ਼ 65% ਨਹੀਂ ਹੈ ਉਹਨਾਂ ਨੂੰ ਆਈਲੈਟਸ ਕਰਨੀ ਪਏਗੀ ਆਈਲੈਟਸ ਦੀ ਰਿਕੁਆਇਰਮੈਂਟ +2 ਪਾਸ ਆਊਟ ਸਟੂਡੈਂਟ ਦੀ ਓਵਰਆਲ 6 2 ਮੋਡਿਊਲ 'ਚ 5.5 ਬੈਂਡ 3 ਮੋਡਿਊਲ 'ਚ 5.5 ਬੈਂਡ ਦੇ ਨਾਲ ਹੈ ਜਿਹੜੇ ਸਟੂਡੈਂਟ ਗ੍ਰੈਜੂਏਟ ਹੈ ਜਿਨ੍ਹਾਂ ਦੀ +2 ਦੇ ਵਿੱਚੋਂ ਵੀ ਇੰਗਲਿਸ਼ ਨੰਬਰ ਨਹੀਂ ਉਹ ਵੀ ਓਵਰਆਲ 6 ਨੋਟ ਲੈਸ ਦੈਨ 5.5 ਬੈਂਡ ਦੇ ਆਪਣੇ UK ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹਾਂ
ਇੱਕ ਇਹ ਵੀ ਜਾਣਕਾਰੀ ਦਿਓ ਪਤਾ ਵੀ ਕਿ ਉੱਥੇ ਜਿਹੜਾ ਬੱਚਾ ਜਿਹੜਾ ਹੈਗਾ ਸਟੂਡੈਂਟ ਵੀਜ਼ਾ ਦੇ ਉੱਤੇ ਚਲੋ ਚਲਾ ਜਾਂਦਾ ਹੈ ਉਹਨੂੰ ਉੱਪਰ ਉੱਥੇ ਜਾ ਕੇ ਉਹਦਾ ਜਿਹੜਾ ਸਪਾਊਸ ਹੈ ਉਹ ਉੱਥੇ ਕੰਮ ਵੀ ਕਰ ਸਕਦਾ ਹੈ, ਕੰਮ ਆਮਦਨ ਵੀ ਕਰ ਸਕਦਾ ਉਹਦੇ ਨਾਲ? ਬਿਲਕੁਲ, ਜਿਹੜਾ ਸਟੂਡੈਂਟ UK ਪੜ੍ਹਨ ਵਾਸਤੇ ਜਾ ਰਿਹਾ ਉਹਨੂੰ 20 hours ਦੇ ਲੀਗਲ ਪਰ ਵੀਕ ਅਲਾਊਡ ਹੈ ਕੰਮ ਕਰਨਾ, ਜਿਹੜਾ ਉਹਦਾ ਸਪਾਊਸ ਆ ਉਹਨੂੰ ਫੁੱਲ ਟਾਈਮ ਯਾਨੀ 40 hours ਅਲਾਊਡ ਹੈ। ਔਰ ਇੱਕ ਹੋਰ ਬੜੀ ਵਧੀਆ ਇਨਫੋਰਮੇਸ਼ਨ ਇਹ ਹੈ ਕਿ ਜਿਹੜਾ UK ਹਾਈ ਕਮਿਸ਼ਨ ਦੇ ਵਿੱਚ ਹੈ ਕਿ 2 saal ਦੀ ਅਗਰ ਬੱਚਾ +2 ਪਾਸ ਆਊਟ ਹੈ 2 saal ਦੀ ਸਟੱਡੀ ਕਰੇਗਾ ਉਹਨੂੰ 2 saal ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ, ਔਰ ਜਿਹੜਾ ਸਟੂਡੈਂਟ ਗ੍ਰੈਜੂਏਟ ਹੈ ਅਗਰ ਉਹ ਮਿਨੀਮਮ 1 saal ਦੀ ਸਟੱਡੀ ਕਰੇਗਾ ਤਾਂ ਉਹਨੂੰ 2 saal ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਤਾਂ ਉਹਦੇ ਵਿੱਚ ਇਹ ਕਿ ਬੱਚਾ ਡਿਊਰਿੰਗ ਸਟੱਡੀ ਵੀ ਫੁੱਲ ਜੋਬ ਕਰ ਸਕਦਾ ਅਤੇ ਆਫਟਰ ਸਟੱਡੀ ਕੰਪਲੀਟ ਫੁੱਲ ਟਾਈਮ ਜੋਬ ਕਰ ਸਕਦਾ। ਤਾਂ ਬਹੁਤ ਵਧੀਆ ਗੱਲ ਦੱਸੀ ਹੈ ਤੁਸੀਂ ਉਪਲ ਸਾਹਿਬ ਕਿ ਬੱਚਾ ਜਿਹੜਾ ਉੱਥੇ ਜਾ ਕੇ ਆਪ ਵੀ ਕੰਮ ਕਰ ਸਕਦਾ ਅਤੇ ਉਹਦੇ ਨਾਲ ਜੇ ਕੋਈ ਸਪੋਜ ਜਾਂਦਾ ਤਾਂ ਉਹ ਵੀ ਉੱਥੇ ਕੰਮ ਕਰਕੇ ਆਪਣਾ ਜਿਹੜਾ ਖਰਚਾ ਹੈ ਉਹ ਆਪਣੇ ਸਿਰ 'ਤੇ ਹੀ ਕੱਢ ਸਕਦਾ ਹੈ। ਬਹੁਤ ਵਧੀਆ ਗੱਲ ਹੈ। ਪਰ ਇਹਦੇ ਨਾਲ ਨਾਲ ਇਹ ਵੀ ਦੱਸੋ ਕਿ ਕੈਨੇਡਾ ਦੀ ਜਿਹੜੀ ਲਾਈਫ ਹੈ ਅਤੇ UK ਦੀ ਲਾਈਫ ਹੈ ਇਹਦੇ 'ਚ ਕੀ ਕੁਛ ਅੰਤਰ ਹੈ ਜੀ? ਮਤਲਬ ਬੱਚਾ ਜੇ ਕੈਨੇਡਾ ਦੀ ਥਾਂ 'ਤੇ UK ਨੂੰ ਚੂਜ਼ ਕਰਦਾ ਹੈ ਤਾਂ ਉਹਨੂੰ ਕਿੰਨਾ ਕੁ ਮਤਲਬ ਇਹਨੂੰ ਚੰਗਾ ਡਿਸੀਜਨ ਮੰਨਿਆ ਜਾ ਸਕਦਾ? ਦੇਖੋ, ਹਰ ਇੱਕ ਕੰਟਰੀ ਦਾ ਇੱਕ ਆਪਣਾ ਸਿਸਟਮ ਹੈ, ਆਪਣਾ ਕੰਮ ਕਰਨ ਦਾ ਨਜ਼ਰੀਆ। ਜਿਹੜਾ ਕੈਨੇਡਾ ਹੈਗਾ ਉਹ ਆਪਣੇ ਇੱਕ ਅਲੱਗ ਡੈਸਟੀਨੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉੱਥੇ ਜਿਹੜੇ ਸਟੂਡੈਂਟ ਹੈ ਉਹਨਾਂ ਨੂੰ 2 saal ਦੀ ਸਟੱਡੀ ਕਰਨੀ ਪੈਂਦੀ, 3 saal ਦਾ ਵਰਕ ਪਰਮਿਟ ਮਿਲਦਾ ਤਾਂ 4-4.5 saal ਦੇ ਵਿੱਚ ਉਹ PR ਅਪਲਾਈ ਕਰ ਦਿੰਦੇ ਆ। ਉਸ ਮੁਕਾਬਲੇ ਅਗਰ ਆਪਾਂ UK ਦੀ ਗੱਲ ਕਰੋ ਤਾਂ UK ਵੀ 2 saal ਦੀ ਸਟੱਡੀ ਕਰਨੀ ਪਏਗੀ, 2 saal ਦਾ ਵਰਕ ਪਰਮਿਟ ਹੈ, ਉਹਨੂੰ PR ਅਪਲਾਈ ਕਰਨ ਨੂੰ ਪੜ੍ਹਾਈ ਖਤਮ ਹੋਣ ਤੋਂ 4-5 saal ਲੱਗ ਜਾਂਦੇ ਆ। ਤਾਂ ਜਿਹੜੇ ਸਟੂਡੈਂਟ ਆਈਲੈਟਸ ਨਹੀਂ ਕਰ ਸਕਦੇ ਆ, ਜਿਹੜੇ ਸਟੂਡੈਂਟ ਦੇ ਨੰਬਰ ਘੱਟ ਹੈ, ਉਹਨਾਂ ਲਈ ਜਿਹੜੇ UK ਅੱਛੀ ਡੈਸਟੀਨੇਸ਼ਨ ਹੈਗੀ ਹੈ। UK 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉੱਥੇ ਜਿਹੜੇ ਪੰਜਾਬੀ ਹੈ ਉਹ ਬਹੁਤ ਪਹਿਲਾਂ ਤੋਂ ਹੀ ਰਹਿੰਦੇ ਆਏ ਨੇ ਅਤੇ ਕਈ ਥਾਵਾਂ ਐਸੀਆਂ ਹੈਗੀਆਂ ਜਿਨ੍ਹਾਂ ਨੂੰ ਸਿਰਫ ਕਿਹਾ ਜਾਂਦਾ ਕਿ ਪੰਜਾਬੀਆਂ ਨੇ ਇਹਨਾਂ ਜਗ੍ਹਾ ਨੂੰ ਵਸਾ ਰੱਖਿਆ। ਬਿਲਕੁਲ, UK ਸ਼ੁਰੂ ਤੋਂ ਹੀ ਲੋਕਾਂ ਦੀ ਹੌਟ ਡੈਸਟੀਨੇਸ਼ਨ ਰਹੀ ਹੈ। ਕੈਨੇਡਾ ਵੀ ਹੈਗਾ ਪਰ UK ਦੇ ਵਿੱਚ ਇਹ ਕਿ ਜਿਹੜੇ ਵਿਦਾਊਟ ਆਈਲੈਟਸ ਵਾਲੇ ਬੱਚੇ ਆ ਉਹ ਕਾਫੀ ਉਹਨਾਂ ਦਾ ਰੁਝਾਵ UK ਜਾਣ ਵਾਸਤੇ ਹੈਗਾ। ਇਸ ਦਾ ਇੱਕ ਹੋਰ ਦੱਸੋ ਪਲ ਸਾਹਿਬ, ਜਦੋਂ ਜਿਹੜਾ ਵੀ ਬੱਚਾ ਸਟੱਡੀ ਬੇਸ ਉੱਤੇ ਕੈਨੇਡਾ ਚਾਹੇ ਉਹ ਕੈਨੇਡਾ ਜਾਏ, ਚਾਹੇ ਆਸਟ੍ਰੇਲੀਆ ਜਾਏ, ਚਾਹੇ ਹੁਣ ਤੁਹਾਡੇ ਅਨੁਸਾਰ UK ਵੀ ਇੱਕ ਵਧੀਆ ਡੈਸਟੀਨੇਸ਼ਨ, ਇੱਥੇ ਵੀ UK ਵੀ ਜਾਂਦਾ ਹੈ, ਤਾਂ ਜ਼ਿਆਦਾਤਰ ਬੱਚੇ ਆਪਾਂ ਦੇਖਣ ਜਾਂਦਾ ਕਿ ਉੱਥੇ ਦੀ ਲਾਈਫ, ਉੱਥੇ ਦਾ ਜਿਹੜਾ ਰਹਿਣ ਸਹਿਣ ਹੈ ਉਹਨੂੰ ਅਪਣਾਉਣ ਲਈ ਜਾਂਦੇ ਨੇ ਅਤੇ ਉੱਥੇ ਜਾ ਕੇ ਉਹ ਪੱਕੇ ਹੋਣਾ ਹੀ ਚਾਹੁੰਦੇ ਨੇ ਆਫਟਰ ਸਟੱਡੀ ਵੀਜ਼ਾ ਤੋਂ ਬਾਅਦ ਜਾਂ ਸਟੱਡੀ ਖਤਮ ਕਰਨ ਤੋਂ ਬਾਅਦ। ਅਤੇ UK ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ ਕਿ UK ਜਦੋਂ ਉਹ ਪੜ੍ਹਾਈ ਖਤਮ ਕਰ ਦੇਣਗੇ ਕੀ ਉਹਨਾਂ ਨੂੰ ਉੱਥੇ ਦੀ PR ਮਿਲ ਜਾਏਗੀ? ਦੇਖੋ, UK ਦਾ ਜਿਹੜਾ PR ਪ੍ਰੋਸੈਸ ਹੈ ਥੋੜ੍ਹਾ ਲੈਂਥੀ ਹੈ। ਜਿਹੜਾ ਸਟੂਡੈਂਟ 2 saal ਦੀ ਸਟੱਡੀ ਕਰਨ ਜਾ ਰਿਹਾ ਹੈ ਜਾਂ 3 saal ਦਾ ਕੋਰਸ ਕਰਨ ਜਾ ਰਿਹਾ ਉਹਨੂੰ 2 saal ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ। ਔਰ ਜਿਹੜਾ ਇਹਦਾ PR ਹੈ ਉਹ ਪੁਆਇੰਟ ਬੇਸ PR ਹੈ, ਬੱਚਾ ਪੜ੍ਹਨ ਤੋਂ ਬਾਅਦ ਉਹਨੂੰ 2 saal ਦਾ ਵਰਕ ਪਰਮਿਟ ਗੌਰਮੈਂਟ ਨੇ ਦੇਣਾ, ਉਹ ਵਰਕ ਪਰਮਿਟ ਉਹਨੂੰ ਐਕਸਟੈਂਡ ਕਰਾਉਣਾ ਪੈਣਾ। ਪੜ੍ਹਾਈ ਖਤਮ ਹੋਣ ਤੋਂ 4-5 saal ਬਾਅਦ ਉਹ ਲੀਗਲ PR ਲਈ ਅਪਲਾਈ ਕਰ ਸਕਦਾ। ਤਾਂ ਜਿਹੜਾ ਪ੍ਰੋਸੈਸ ਹੈ ਉਹ ਪੜ੍ਹਾਈ ਖਤਮ ਹੋਣ ਤੋਂ 4-5 saal ਲੱਗ ਜਾਂਦੇ PR ਲੈਣ ਵਿੱਚ। ਅਤੇ ਹੁਣ ਜਿਵੇਂ ਕਿ ਤੁਸੀਂ ਸਤੰਬਰ 2020 ਦੇ ਵਿੱਚ ਜਦੋਂ ਬੱਚੇ ਨੇ ਅਪਲਾਈ ਕਰਨਾ ਹੈ ਤਾਂ ਉਹ ਕਦੋਂ ਜਾ ਸਕਦਾ ਜੀ, ਕਿਉਂਕਿ ਫਲਾਈਟਾਂ ਦਾ ਹੁਣ ਕਰੋਨਾ ਦੇ ਹਾਲੇ ਕਰਕੇ ਬੰਦ ਪਈਆਂ ਨੇ, ਇਹਦੇ ਕਰਕੇ ਕੀ ਦੱਸੋਗੇ ਤੁਸੀਂ? ਕਿ ਦੇਖੋ, ਸਤੰਬਰ 2020 ਲਈ ਬੱਚਾ ਜਿਹੜਾ ਹੈ ਅੱਜ ਦੀ ਡੇਟ 'ਚ ਯੂਨੀਵਰਸਿਟੀਆਂ ਪੋਜ਼ਿਟਿਵ ਹੈ, ਹਾਈ ਕਮਿਸ਼ਨ ਪੋਜ਼ਿਟਿਵ ਹੈ, ਔਰ ਫਿਲਹਾਲ ਦੀ ਘੜੀ UK ਨੇ ਆਪਣੇ ਬਾਰਡਰ ਖੋਲ੍ਹਤੇ ਹੈ, ਇੰਡੀਆ ਦੇ ਹਾਲੇ ਸਟਿਲ ਬਾਰਡਰ ਬੰਦ ਹੈ। ਅਗਰ ਆਏ ਉਹਨਾਂ ਦੇ ਵਿੱਚ ਵੀ ਉਹਨਾਂ ਦੇ ਕੋਲ 2 options ਹੈ, ਅਗਰ ਬੱਚਾ UK ਦਾ ਵੀਜ਼ਾ ਗ੍ਰਾਂਟ ਹੋ ਜਾਂਦਾ ਔਰ ਇੰਡੀਆ ਦੇ ਬਾਰਡਰ ਨਹੀਂ ਖੁੱਲ੍ਹਦੇ ਜਾਂ ਇੰਡੀਆ ਟਰੈਵਲ ਨਹੀਂ ਕਰਨ ਦੀ ਪਰਮਿਸ਼ਨ ਦਿੰਦਾ, ਉਸ ਕੇਸ ਦੇ ਵਿੱਚ ਬੱਚਾ ਔਨਲਾਈਨ ਕਲਾਸਿਸ ਇੰਡੀਆ ਲਗਾ ਸਕਦਾ। ਆਫਟਰ ਕੰਪਲੀਟ ਦਾ 1 semester ਉਹ ਅਗਲੇ ਸਮੈਸਟਰ UK ਜਾ ਕੇ ਪੜ੍ਹੇਗਾ, ਉਸ ਤੋਂ ਬਾਅਦ ਉਹਨੂੰ ਪੋਸਟ ਸਟੱਡੀ ਵਰਕ ਪਰਮਿਟ ਫਿਰ ਵੀ 2 saal ਦਾ ਹੀ ਮਿਲੇਗਾ। ਤਾਂ ਬੱਚੇ ਕੋਲ ਦੋਨੋਂ ਆਪਸ਼ਨ ਹੈ, ਚਾਹੇ ਉਹ ਆਪਣਾ ਔਨਲਾਈਨ ਕਲਾਸਿਸ ਲਗਾ ਲਏ, ਚਾਹੇ ਆਪਣਾ ਇਨਟੇਕ ਡੈਫਰ ਵੀ ਕਰਾ ਸਕਦਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਉਪਲ ਸਾਹਿਬ ਕਿ ਬੱਚਾ ਜਿਹੜਾ ਹੈਗਾ ਉਹ ਇੱਥੇ ਰਹਿ ਕੇ ਵੀ ਜੇ ਕੱਲ੍ਹ ਨੂੰ ਕਰੋਨਾ ਵਾਇਰਸ ਮਹਾਂਮਾਰੀ ਕੋਈ ਵੱਡਾ ਰੂਪ ਲੈਂਦੀ ਹੈ ਜਾਂ ਜਿਵੇਂ ਭਾਰਤ ਦੇ ਵਿੱਚ ਕਰੋਨਾ ਵਾਇਰਸ ਵੱਧ ਰਿਹਾ ਹੈ, ਜੇਕਰ ਕਰੋਨਾ ਵਾਇਰਸ ਭਾਰਤ 'ਚ ਹੋਰ ਵੱਧਦਾ ਹੈ ਅਤੇ ਭਾਰਤ ਦੀ ਸਰਕਾਰ ਫਲਾਈਟਾਂ ਨਹੀਂ ਖੋਲ੍ਹਦੀ ਤਾਂ ਬੱਚਿਆਂ ਕੋਲ ਇਹ ਵੀ ਆਪਸ਼ਨ ਹੈਗੀ ਉਹ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਵੀ ਸੇਮ ਪੜ੍ਹਾਈ UK ਦੇ UK ਦੀ ਹੀ ਪੜ੍ਹਾਈ ਇੱਥੇ ਕਰ ਸਕਦਾ ਅਤੇ ਉਹਨੂੰ ਜਿਹੜੀ ਯੂਨੀਵਰਸਿਟੀ ਵੱਲੋਂ ਫੈਸਿਲਿਟੀਜ਼ ਬਾਅਦ 'ਚ ਹੈਗੀਆਂ ਉਹ ਪੂਰੀਆਂ ਉਹੀ ਦਿੱਤੀਆਂ ਜਾਣਗੀਆਂ। ਬਿਲਕੁਲ, ਉਹ ਇੱਥੇ ਇੰਡੀਆ ਪੜ੍ਹ ਕੇ 1 semester ਪੜ੍ਹ ਕੇ ਅਗਲੇ ਸਮੈਸਟਰ ਲਈ UK ਟਰੈਵਲ ਕਰ ਸਕਦਾ ਅਤੇ ਉਹਨੂੰ ਵਰਕ ਪਰਮਿਟ ਵੀ ਨਾਲ ਮਿਲੇਗਾ। ਬੱਚਾ ਉੱਥੇ ਪਹੁੰਚ ਗਿਆ ਜੀ, UK ਦੇ ਵਿੱਚ ਪਹੁੰਚ ਗਿਆ ਤਾਂ ਕਰੋਨਾ ਦੇ ਲਈ ਜਿਵੇਂ ਕੁਆਰੰਟਾਈਨ ਵਗੈਰਾ ਕਰਨ ਦਾ ਹੁੰਦਾ ਬੱਚਿਆਂ ਨੂੰ ਉਹਦਾ ਉੱਥੇ ਕੀ ਪ੍ਰੋਸੈਸ ਹੋਏਗਾ ਜੀ? ਦੇਖੋ, ਹੁਣ UK ਹਾਈ ਕਮਿਸ਼ਨ ਦੇ ਵੀ ਅਪਡੇਸ਼ਨਸ ਅੱਜ ਆਈ ਹੈ ਕਿ ਹਾਂ ਵੀ ਜਿਹੜਾ ਵੀ ਸਟੂਡੈਂਟ ਉੱਥੇ ਜਾ ਰਿਹਾ ਹੈ ਉਹਨੂੰ ਅਗਰ ਉੱਥੇ ਕਰੋਨਾ ਪੋਜ਼ਿਟਿਵ ਹੁੰਦਾ ਹੈ ਤਾਂ ਉਹਦੇ ਵਿੱਚ ਗੌਰਮੈਂਟ ਉਹਦੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹਦੇ ਵਿੱਚ ਉਹਨੂੰ ਇੰਸ਼ੋਰੈਂਸ ਦੇ ਕਲੇਮ ਦੇ ਥਰੂ ਉਹਨੂੰ ਕਰਾਏਗੀ, ਬੱਚੇ ਦਾ ਆਪਣਾ ਕੋਈ ਖਰਚਾ ਨਹੀਂ ਹੋਏਗਾ। ਸੈਕਿੰਡ ਇਹ ਹੈ ਕਿ ਜਿਹੜਾ ਵੀ ਸਟੂਡੈਂਟ ਇੱਥੋਂ ਸਤੰਬਰ ਇਨਟੇਕ ਲਈ ਟਰੈਵਲ ਕਰੇਗਾ ਉਹਨੂੰ 14 ਦਿਨ ਉੱਥੇ ਕੁਆਰੰਟਾਈਨ ਹੋਣਾ ਪਏਗਾ, ਚਾਹੇ ਉੱਥੇ ਹੋਟਲ ਵਿੱਚ ਰਹੇ, ਚਾਹੇ ਉਹ ਆਪਣੇ ਕਿਸੇ ਫਰੈਂਡ ਸਰਕਲ ਰਹੇ, ਰਿਸ਼ਤੇਦਾਰ ਹੋਏ, ਉੱਥੇ ਉਹਨੂੰ ਐਡਰੈਸ ਐਡ ਕਰਨਾ ਪਏਗਾ ਅਤੇ ਉੱਥੇ ਜਾ ਕੇ 14 ਦਿਨ ਕੁਆਰੰਟਾਈਨ ਹੋਣ ਤੋਂ ਬਾਅਦ ਹੀ ਉਹ ਆਪਣਾ ਯੂਨੀਵਰਸਿਟੀ 'ਚ
ਫੋਰ ਆਰ ਪ੍ਰੀਕਾਸ਼ਨਸ। ਹਾਂਜੀ, ਇੱਕ ਅੰਤਿਮ ਸਵਾਲ ਆਪਾਂ ਮੁਕਲ ਸਾਹਿਬ ਤੁਹਾਨੂੰ ਪੁੱਛ ਲਈਏ ਕਿ ਟੋਟਲ 3 ਸਾਲ ਦਾ ਕੋਰਸ ਹੈ, 3 ਸਾਲ ਦੇ ਕੋਰਸ ਦੇ ਲਈ ਤੁਸੀਂ 6-7 ਲੱਖ ਰੁਪਇਆ ਖਰਚਾ ਦੱਸਤਾ ਵੀ 6-7 ਲੱਖ ਰੁਪਇਆ ਉੱਥੇ ਜਾਣ ਦਾ ਖਰਚਾ ਆ ਜਾਏਗਾ, ਪਰ 3 ਸਾਲ ਦੇ ਟੋਟਲ ਦੇ ਕੋਰਸ ਦੇ ਵਿੱਚ ਬੱਚਾ ਕਿੰਨਾ ਕੁ ਖਰਚਾ ਟੋਟਲ ਆਏਗਾ? ਦੇਖੋ, ਜਿਹੜਾ ਐਵਰੇਜ ਜਿਹੜੀ UK ਦੀ ਯੂਨੀਵਰਸਿਟੀਜ਼ ਹੈ ਉਹਨਾਂ ਦਾ ਜਿਹੜਾ ਫੀਸ ਸਟਰਕਚਰ ਹੈ, ਅਪਰੋਕਸੀਮੇਟਲੀ £13,000 ਤੋਂ ਸ਼ੁਰੂ ਹੋ ਜਾਂਦਾ ਸਾਲ ਦੀ ਫੀਸ ਦੇ ਹਿਸਾਬ ਨਾਲ। ਤਾਂ ਉਹੀ ਅਗਰ ਸਾਲ ਦੀ ਕੋਸਟ ਲੈ ਕੇ ਚੱਲੋ, 12 ਲੱਖ ਤੋਂ ਲੈ ਕੇ 13 ਲੱਖ ਰੁਪਏ ਇੱਕ ਸਾਲ ਦੀ ਫੀਸ ਹੈ। ਜਿਹੜਾ ਸਟੂਡੈਂਟ ਬੈਚੁਲਰ ਡਿਗਰੀ ਕਰਨ ਜਾ ਰਿਹਾ ਹੈ ਉਹਨੂੰ 13 ਕੁ ਲੱਖ ਰੁਪਏ ਸਾਲ ਦੀ ਫੀਸ ਦਾ ਖਰਚਾ ਆਏਗਾ। ਜਿਹੜਾ ਸਟੂਡੈਂਟ ਗ੍ਰੈਜੂਏਟ ਹੈ, ਮਾਸਟਰਸ ਕਰਨ ਜਾ ਰਿਹਾ ਹੈ, ਉਹ ਜਿਹਦਾ ਕੋਰਸ 1 ਸਾਲ ਦਾ ਹੈ, ਉਹਦੀ ਫੀਸ ਅਪਰੋਕਸੀਮੇਟਲੀ £11,000 ਦੇ ਆਸ ਪਾਸ ਹੈਗੀ ਹੈ, ਯਾਨੀ 11 ਕੁ ਲੱਖ ਰੁਪਏ ਦੀ ਟਿਊਸ਼ਨ ਫੀਸ ਆਏਗੀ। ਉਸ ਤੋਂ ਇਲਾਵਾ ਕੁਛ ਯੂਨੀਵਰਸਿਟੀਜ਼ ਇਸ ਤਰ੍ਹਾਂ ਦੀ ਜਿਹੜੀ ਕੋ ਪ੍ਰੋਗਰਾਮ ਦੇ ਰਹੀਆਂ, ਯਾਨੀ ਬੱਚਾ 12 ਮਹੀਨੇ ਸਟੱਡੀ ਕਰੇਗਾ, 6 ਮਹੀਨੇ ਦੀ ਇੰਟਰਨਸ਼ਿਪ ਵੀ ਉਹਨੂੰ ਮਿਲਦੀ ਪਈ ਹੈ। ਉਹ ਵੀ ਯੂਨੀਵਰਸਿਟੀਜ਼ ਹੈਗੀ ਜਿਹੜੀ ਇੰਟਰਨਸ਼ਿਪ ਵੀ ਨਾਲ ਪ੍ਰੋਵਾਈਡ ਕਰ ਰਹੀਆਂ। ਇਹ ਜੀ ਯੂਨੀਵਰਸਿਟੀ ਨਾਲ ਵੀ ਤੁਹਾਡਾ ਕੋਈ ਟਾਈਪ ਹੈਗਾ ਜਿਹੜੀਆਂ ਡਾਇਰੈਕਟ ਇੰਟਰਨਸ਼ਿਪ ਦੇ ਰਹੀਆਂ ਹੁਣ ਬੱਚਿਆਂ ਨੂੰ ਉੱਥੇ? ਹਾਂਜੀ, ਬਹੁਤ ਸਾਰੀ ਯੂਨੀਵਰਸਿਟੀ ਇਸ ਤਰ੍ਹਾਂ ਦੀ ਜਿਹੜੀ ਸਟੂਡੈਂਟ ਨੂੰ ਇੰਟਰਨਸ਼ਿਪ ਵੀ ਨਾਲ ਪ੍ਰੋਵਾਈਡ ਕਰ ਰਹੀਆਂ। ਤੁਸੀਂ ਐਵੇਂ ਦੀ ਯੂਨੀਵਰਸਿਟੀ ਨਾਲ ਟਾਈਪ ਕਰਾ ਕੇ ਬੱਚਿਆਂ ਨੂੰ ਉਹ ਕਰਾ ਸਕਦੇ ਹੋ? ਹਾਂਜੀ, ਬਿਲਕੁਲ। ਅਤੇ ਇਹਦੇ ਨਾਲ ਹੀ ਇਹ ਦੱਸੋ ਉਪਲ ਸਾਹਿਬ, ਉੱਥੇ 13 ਸਾਲ ਮਤਲਬ ਜਿਹੜਾ ਤੁਸੀਂ 13 ਲੱਖ ਰੁਪਇਆ ਜਿਹੜਾ ਸਾਲ ਦਾ ਖਰਚਾ ਦੱਸਿਆ ਬੱਚਿਆਂ ਨੂੰ, ਅਤੇ ਜੇ ਉੱਥੇ ਬੱਚਾ ਕੰਮ ਵੀ ਕਰਦਾ ਤਾਂ ਕੀ ਇਹ ਪੈਸਾ ਆਪ ਉੱਥੇ ਅਰਨ ਕਰ ਸਕਦਾ ਹੈ ਉੱਥੇ? ਦੇਖੋ, UK ਦੀ ਜਿਹੜਾ ਇਨਕਮ ਸੋਰਸ ਹੈ ਕਾਫੀ ਜ਼ਿਆਦਾ ਸਟਰੋਂਗ ਹੈ, ਔਰ ਪਾਊਂਡ ਦਾ ਰੇਟ ਵੀ 96-97 ਹੈਗਾ। ਜਿਹੜੇ ਸਟੂਡੈਂਟ UK ਜਾ ਰਹੇ ਆ ਉਹਨਾਂ ਨੂੰ ਲੀਗਲ ਕੰਮ ਕਰਨਾ ਅਲਾਊਡ ਹੈ। ਉੱਪਰ ਸਰ, ਸਵਾਲ ਇਹ ਹੈ ਕਿ ਜਦੋਂ ਵੀ ਬੱਚਾ ਕੋਈ ਬਾਹਰ ਜਾਂਦਾ ਹੈ, ਬਾਹਰਲੇ ਮੁਲਕ ਦੇ ਵਿੱਚ ਜਾਂਦਾ ਹੈ, ਤਾਂ ਉਹਨੂੰ ਸਭ ਤੋਂ ਪਹਿਲਾ ਸਵਾਲ ਉਹਦੇ ਵਿੱਚ ਮਨ 'ਚ ਇਹੀ ਹੁੰਦਾ ਕਿ ਉੱਥੇ ਜਾ ਕੇ ਉਹ ਰਹੇਗਾ ਕਿੱਥੇ? ਅਤੇ ਜਿਵੇਂ ਹੁਣ ਸਟੱਡੀ ਬੇਸ ਦੇ ਉੱਤੇ ਜਿਵੇਂ ਅਗਰ UK ਦੇ ਵਿੱਚ ਜਾ ਰਿਹਾ ਬੱਚਾ, ਤਾਂ ਉੱਥੇ ਉਹਨੂੰ ਕੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਰਹਿਣਾ ਪਏਗਾ, ਹੋਸਟਲ ਦੇ ਵਿੱਚ ਰਹਿਣਾ ਪਏਗਾ, ਜਾਂ ਉਹ ਕਿੱਥੇ ਬਾਹਰ ਵੀ ਆਪਣੇ ਕਿਸੇ ਪਾਰਟਨਰ ਦੇ ਨਾਲ ਮਿਲ ਕੇ ਉਹ ਰਹਿ ਸਕਦਾ ਹੈ? ਇਹਦੇ ਨਾਲ ਹੀ ਸਵਾਲ ਇਹ ਵੀ ਉੱਠਦਾ ਕਿ ਜੇਕਰ ਬੱਚਾ ਕੋਈ ਆਪਣੀ ਸਪਾਊਸ ਅਤੇ ਬੱਚਿਆਂ ਨੂੰ ਨਾਲ ਲੈ ਕੇ ਜਾਂਦਾ ਹੈ, ਤਾਂ ਉਹ ਫਿਰ ਉਹਦੀ ਹੋਸਟਲ ਦੇ ਵਿੱਚ ਤੁਹਾਨੂੰ ਰਹਿਣ ਦੀ ਆਗਿਆ ਨਹੀਂ ਮਿਲੇਗੀ ਕਿ ਮਿਲ ਜਾਏਗੀ ਹੋਸਟਲ ਦੇ ਵਿੱਚ, ਜਾਂ ਬਾਹਰ ਰਹਿਣਾ ਕਿਵੇਂ ਪੋਸੀਬਲ ਹੋਏਗਾ? ਦੇਖੋ, ਜਿਹੜੇ ਸਟੂਡੈਂਟ UK ਪੜ੍ਹਨ ਵਾਸਤੇ ਜਾ ਰਹੇ ਹੈ ਉਹਨਾਂ ਨੂੰ ਇੱਕ ਇਹ ਵੀ ਅਪਡੇਸ਼ਨਸ ਹੋਣੀ ਚਾਹੀਦੀ ਹੈ ਕਿ ਉੱਥੇ ਅੱਜ ਦੀ ਜਿਹੜੀ UK ਹਾਈ ਕਮਿਸ਼ਨ ਦੀ ਗਾਈਡਲਾਈਨ ਹੀ ਚਾਹੀਦੀ, ਅਗਰ ਤੁਸੀਂ UK ਪੜ੍ਹਨ ਵਾਸਤੇ ਜਾ ਰਹੇ ਹੋ ਤੁਸੀਂ 14 ਦਿਨ ਕੁਆਰੰਟਾਈਨ ਹੋਣਾ, ਤੁਸੀਂ ਜਾਣ ਤੋਂ ਪਹਿਲਾਂ ਜਿੱਥੇ ਜਾ ਕੇ ਰਹਿਣਾ, ਤੁਸੀਂ ਯੂਨੀਵਰਸਿਟੀਜ਼ ਦੇ ਵਿੱਚ ਕੈਂਪਸ ਵਿੱਚ ਰਹਿਣਾ ਜਾਂ ਤੁਸੀਂ ਪ੍ਰਾਈਵੇਟ ਅਕੋਮੋਡੇਸ਼ਨ ਲੈਣੀ, ਤੁਹਾਨੂੰ ਉਹਦਾ ਐਡਰੈਸ ਦੱਸਣਾ ਪਏਗਾ। ਤਾਂ ਜਿੰਨੀ ਵੀ ਯੂਨੀਵਰਸਿਟੀਜ਼ ਹੈਗੀਆਂ ਉਹ ਆਪਣੇ ਹੋਸਟਲਸ ਵੀ ਪ੍ਰੋਵਾਈਡ ਕਰ ਰਹੀ ਹੈ, ਕੁਝ ਸਟੂਡੈਂਟ ਇਸ ਤਰ੍ਹਾਂ ਦੇ ਜੋ ਕਿ ਆਪਣਾ ਪ੍ਰਾਈਵੇਟ ਅਕੋਮੋਡੇਸ਼ਨ ਲੈ ਲੈਂਦੇ, ਇੱਥੋਂ ਆਨਲਾਈਨ ਬੁਕਿੰਗ ਕਰ ਲੈਂਦੇ, ਤਾਂ ਉਹਨਾਂ ਨੂੰ ਸਾਰੀ ਚੀਜ਼ਾਂ ਡਿਕਲੇਅਰ ਕਰਕੇ ਜਾਣਾ ਪਏਗਾ। ਤਾਂ ਸਟੂਡੈਂਟ ਜਿਹੜੇ ਹੈਗੇ UK ਪੜ੍ਹਨ ਵਾਸਤੇ ਜਾ ਰਹੇ ਹੈ ਉਹਨਾਂ ਨੂੰ ਯੂਨੀਵਰਸਿਟੀ ਦੇ ਕੈਂਪਸ ਵਿੱਚ ਵੀ ਆਪਣਾ ਰਹਿ ਸਕਦਾ ਹੈ ਅਤੇ ਪਲੱਸ ਉਹ ਪ੍ਰਾਈਵੇਟ ਅਕੋਮੋਡੇਸ਼ਨ ਵੀ ਲੈ ਸਕਦਾ ਹੈ। ਸੋ ਅਸੀਂ ਹਨੀਸ਼ ਉੱਪਲ ਜੀ ਜੋ ਕਿ ਵਿਜ਼ਨ ਗਰੁੱਪ ਦੇ MD ਨੇ ਅਤੇ ਪਿਛਲੇ 12 ਸਾਲਾਂ ਤੋਂ ਕੈਨੇਡਾ ਅਤੇ UK ਦੇ ਨਾਲ ਨਾਲ ਹੋਰ ਕੰਟਰੀਆਂ ਦੇ ਵਿੱਚ ਸਟੱਡੀ ਵੀਜ਼ਾ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਬੱਚਿਆਂ ਨੂੰ ਦੇ ਰਹੇ ਨੇ, ਜੇਕਰ ਤੁਸੀਂ ਵੀ ਇਹਨਾਂ ਦੇ ਨਾਲ ਇਹਨਾਂ ਦੀ ਕੋਈ ਵੀਜ਼ਾ ਸਰਵਿਸ ਜਿਹੜੀ UK ਹੋਏ, ਚਾਹੇ ਉਹ ਕੈਨੇਡਾ ਹੋਏ, ਚਾਹੇ ਉਹ ਹੋਰ ਕੋਈ ਕੰਟਰੀ ਹੋਣ, ਉਹਨਾਂ ਦੇ ਵਿੱਚ ਜੇ ਤੁਸੀਂ ਇਹਨਾਂ ਦੀ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਨੀਚੇ ਦਿੱਤੇ ਗਏ ਸਕਰੀਨ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਪਟਿਆਲਾ ਅਤੇ ਲੁਧਿਆਣਾ ਦੇ ਵਿੱਚ ਇਹਨਾਂ ਦੇ ਦਫ਼ਤਰ ਨੇ, ਤੁਸੀਂ ਇਹਨਾਂ ਦੇ ਦਫ਼ਤਰ 'ਚ ਵੀ ਪਹਿਲਾਂ ਪ੍ਰੀ ਅਪੁਆਇੰਟਮੈਂਟ ਲੈ ਕੇ ਫੋਨ ਦੇ ਉੱਤੇ ਪ੍ਰੀ ਅਪੁਆਇੰਟਮੈਂਟ ਲੈ ਕੇ ਤੁਸੀਂ ਇਹਨਾਂ ਦੇ ਦਫ਼ਤਰ 'ਚ ਵਿਜ਼ਿਟ ਕਰਕੇ ਇਹਨਾਂ ਦੇ ਕੋਲ ਸਾਰੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਹਨੀਸ਼ ਭਾਅ ਜੀ। ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ।